हेलो, सलाम, नमस्ते, सत श्री अकाल। मैं हाँ थोड़ी होस्ट दोस्त मोनी गिल। सत श्री अकाल, नमस्कार, अस्सलाम वालेकुम। मैं हाँ कुलदीप गिल ते तुसी देख रहे हो जस्ट चिल विद मिस्टर एंड मिसेस गिल। नो जी, मिस्टर मिसेस गिल अगेन आ गए ने थानू चिल कराण वास्ते चिली चिली वेदर च। और ये चिली वेदर जी अज ते इत्थे बड़ी स्नो पई है। वाशिंगटन डीसी च काफी स्नो पई पै रही नहीं है और है, पै भी पै रही रही है। है, पै रही है, रात दी पै रही है। और ट्रस्ट मी, बहुत 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 खूबसूरत लगता है, लेकिन इनू डील करना बहुत हार्ड है, सफाई करना बहुत हार्ड है। जिहड़ा कि मिस्टर गिल अज तगड़े होणगे, लेकिन अज चिली वैदर नूं असीं वॉर्म गर्म करन वास्ते असीं एक ऐसे फनकार नाल तुहानूं रूबरू करा रहे हैं, जिहड़े कि तुहानूं वाकई घर बैठे बैठे ही तुहानूं जन्नत दी सैर भी कराणगे और वादियां दी सैर कराणगे। क्योंकि जिहड़ी गायकी है ओह एक ऐसी शै है कि बिना टिकट दे तुसीं फ्री ट्रैवल करदे हो। जो सिंगर तुहानूं सुना रहा है या जिहड़े गायकी दे विच लैके जा रहे हैं, जिहड़े गीत दे विच लैके जा रहे हैं, उस माहौल दे विच सानूं लैके जा रहे हैं, तो ओह असीं फ्री ट्रैवल करदे हाँ। सो आपां इस फ्री दे सफ़र च क्यों ना असी जिहड़ा साडा पायलट है अज दा, असी उन्हूं अपने नाल लै के जी आईए। बिल्कुल, अज दे जिहड़े फनकार सानूं ज्वाइन कर रहे ने, करम अब्बास जी, जिहड़े कि ग्वालियर घराने तो बिलोंग करदे ने। इस घराने दे साडे नाल मेरे ख्याल नाल 2 कि 3 ज्वाइन किए ने हाले तक। आई थिंक पर ही इज़ दी 7th और 8th जनरेशन, मतलब जिस घराने चों इन्हों का जन्म होया है, तो ये ओरिजिनली उस घराने तो बिलोंग करते हैं। लो जी, इन्हों कैमरा तो पाने हैं करम जी नूं। सत श्री अकाल जी ਸਤਿ ਸ਼੍ਰੀ करम ਅਕਾਲ जी, ਜੀ, की हाल चाल ने? सलाम ਸਤਿ ਸ਼੍ਰੀ वालेकुम। ਅਕਾਲ ਜੀ, ਔਰ ਸਲਾਮ ਅਲੈਕਮ ਜੀ, ਔਰ ਨਮਸਤੇ ਤਮਾਮ ਵੇਖਣ ਵਾਲਿਆਂ ਨੂੰ। ਬਹੁਤ ਸ਼ੁਕਰੀਆ ਤੁਸੀਂ ਮੋਨੀ ਜੀ ਔਰ ਗਿੱਲ ਸਾਹਿਬ ਇਨਵਾਈਟ ਕੀਤਾ, ਔਰ ਤੁਹਾਡਾ ਸ਼ੋਅ ਵੇਖੀਦਾ ਹੈ। ਬਹੁਤ ਜ਼ਬਰਦਸਤ ਮਾਲੂਮਾਤੀ ਗੱਲਾਂ ਵੀ ਹੁੰਦੀਆਂ ਨੇ, ਮਿਊਜ਼ਿਕ ਵੀ ਹੁੰਦਾ ਹੈ, ਤਾਂ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਮੁਲਾਕਾਤ ਕਰਕੇ। ਸਰ ਪਲੇਜ਼ਰ ਸਾਡਾ ਹੈ ਕਿ ਅਸੀਂ ਆਪਣੇ ਆਪ ਨੂੰ ਬੜਾ ਭਾਗਯਸ਼ਾਲੀ ਸਮਝਦੇ ਹਾਂ ਕਿ ਸਾਡੇ ਨਾਲ ਜਦੋਂ ਐਸੇ ਐਸੇ ਘਰਾਣੇ ਆ ਕੇ ਜੁੜਦੇ ਨੇ, ਔਰ ਜਦੋਂ ਪਤਾ ਲੱਗਦਾ ਖੁਸ਼ੀ ਹੁੰਦੀ ਕਿ ਜਦੋਂ ਕੋਈ ਕਹਿੰਦਾ ਮੈਂ 7ਵੀਂ ਪੁਸ਼ਤ ਤੋਂ ਗਾ ਰਿਹਾ ਸਾਡਾ ਘਰਾਣਾ, ਕੋਈ 8ਵੀਂ ਪੁਸ਼ਤ, ਕੋਈ 13ਵੀਂ ਪੁਸ਼ਤ, ਔਰ ਇੰਨਾ ਸੰਗੀਤ ਤੁਸੀਂ ਲੋਕਾਂ ਨੇ ਸਾਂਭ ਕੇ ਰੱਖਿਆ। ਇਹ ਘਰਾਣੇ ਨਹੀਂ ਹੈਗੇ ਸਰ, ਇਹ ਯੂਨੀਵਰਸਿਟੀਆਂ ਨੇ एग्जैक्टली ये कॉलेज ਬਿਲਕੁਲ है ਸਹੀ ਕਿਹਾ, बच्चों का ਜਿੱਥੇ ਇੱਥੇ। ਸੰਗੀਤ ਬਣਦਾ, ਸਿੱਖਿਆ ਜਾਂਦਾ, ਔਰ ਫਿਰ ਸੰਗੀਤ ਦੀ ਪੂਜਾ ਕੀਤੀ ਜਾਂਦੀ। ਬੇਸ਼ੱਕ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਇਸੇ ਤਰ੍ਹਾਂ ਹੀ ਜੇ। ਔਰ ਹੁਣ ਤੇ ਘਰਾਣੇ ਜਿਹੜੇ ਨੇ ਸਰ, ਉਹ ਤੇ ਆਪਣੀ ਕੋਸ਼ਿਸ਼ ਕਰ ਹੀ ਰਹੇ ਨੇ, ਪਰ 뮤직 ਚ ਬੜੀ ਤਬਦੀਲੀਆਂ ਆ ਗਈਆਂ ਨੇ। ਜੀ 뮤직 ਵੀ ਬਹੁਤ ਬਦਲ ਚੁੱਕਿਆ, ਪਰ ਜਿਹੜੇ ਵੀ ਲੋਕ ਇਸ ਕੰਮ ਨੂੰ ਕਰ ਰਹੇ ਨੇ ਉਹਨਾਂ ਨੂੰ ਬਹੁਤ ਮੁਬਾਰਕਬਾਦ। ਮੈਂ ਕਹਿੰਦਾ ਉਹਨਾਂ ਨੂੰ ਮੇਰਾ ਸਲਾਮ, ਸਲੂਟ। ਸਤਿ ਸ੍ਰੀ ਅਕਾਲ ਉਹ ਸਭ ਲੋਕਾਂ ਨੂੰ। ਔਰ ਕਿਉਂਕਿ ਦੇਖੋ ਹਾਲਾਤ ਕੀ ਨੇ, ਨਾ ਉਹ ਮੁਗਲ ਬਾਦਸ਼ਾਹ ਰਹੇ ਨੇ, ਨਾ ਉਹਨਾਂ ਦੇ ਉਹ ਨਵਾਬ ਰਹੇ ਨੇ, ਪਰ ਇਸ ਗਾਇਕੀ ਨੂੰ ਅਕਬਰ ਦੇ ਦੌਰ ਤੋਂ ਲੋਕਾਂ ਨੇ ਸੁਣਨਾ ਸ਼ੁਰੂ ਕੀਤਾ ਜ਼ਿਆਦਾ, ਜਾਂ ਉਸ ਤੋਂ ਪਹਿਲੇ ਦੀ ਵੀ ਹੋਏਗੀ ਸ਼ਾਇਦ। ਪਰ ਇਹ ਵੇਖੋ ਕਿ ਇਸ ਕੰਮ ਨੂੰ ਦਰਬਾਰੀ ਜਿਹੜਾ ਹੈ, ਇੰਨਾ ਪੁਰਾਣਾ ਰਾਗ, ਜਿਹੜਾ ਰਾਗ ਤੁਸੀਂ ਚੁੱਕੋ ਪੁਰਾਣਾ ਹੀ ਹੈ, ਉਹ ਉਹਨੂੰ ਤਾਂ ਅੱਜ ਤੱਕ ਉਹ ਲੈ ਕੇ ਚੱਲ ਰਹੇ ਨੇ ਸੀਨਾ ਬਸੀਨਾ। ਹਾਂਜੀ, ਔਰ ਇਹਦੀ ਮਹਿਫਲਾਂ, ਇਹਦੀ ਜਿਹੜੀ ਗੈਟ ਟੂਗੈਦਰ ਨੇ ਬਹੁਤ ਘੱਟ ਨੇ, ਤੇ ਫਿਰ ਜਿਹੜੀ ਨਵੀਂ ਨਸਲ ਹੈ ਉਹਨਾਂ ਨੇ ਆਪਣੇ ਰਸਤੇ ਬਣਾਉਣੇ ਸ਼ੁਰੂ ਕਰਤੇ ਨੇ। ਕੋਈ ਗਜ਼ਲ ਗਾਇਕੀ ਵੱਲ ਨਿਕਲ ਗਿਆ, ਕੋਈ ਪੌਪ 뮤직 ਵੱਲ ਨਿਕਲ ਗਿਆ, ਕੋਈ ਸੂਫੀ 뮤직 ਵੱਲ ਨਿਕਲ ਗਿਆ, ਕੋਈ ਹਿਪ ਹੌਪ 뮤직 ਕਰ ਰਿਹਾ, ਕਿਉਂਕਿ ਰਸਤੇ ਬਹੁਤ ਘੱਟ ਨੇ। ਪਰ ਸੁਰ ਉਹ ਚੀਜ਼ ਹੈ ਜਿਹੜਾ ਸੱਚਾ ਹੁੰਦਾ ਹੈ, ਸੁਰ ਲੱਗਦਾ ਹੈ, ਉਹ ਚਾਹੇ ਕਿਸੇ ਵੀ ਸਿਮਤ, ਕੋਈ ਵੀ 뮤직 ਦੀ ਕੋਈ ਵੀ ਚੀਜ਼ ਹੋਵੇ, ਅਗਰ ਸੁਰ 'ਚ ਕੋਈ ਵੀ ਗਾਵੇ, ਭਾਵੇਂ ਪੜੋਸੀ ਮੁਲਕ 'ਚ ਗਾਵੇ ਜਾਂ ਪਾਕਿਸਤਾਨ 'ਚ ਗਾਵੇ, ਅਮਰੀਕਾ 'ਚ ਗਾਵੇ, ਕਿਧਰੇ ਵੀ ਗਾਵੇ, ਉਹ ਦਿਲ ਨੂੰ ਲੱਗਦਾ ਹੈ ਕਿ ਬੰਦਾ ਸੁਰ 'ਚ ਹੈ। ਬਿਲਕੁਲ ਸਹੀ, ਜਿਵੇਂ ਸਰਗਮ ਨਹੀਂ ਬਦਲੀ ਉਂਝ ਬੇਸ਼ੱਕ, ਸੁਰ ਵੀ ਨਹੀਂ ਬਦਲਦਾ, ਜਿਹੜਾ ਸੁਰ ਹੈ ਉਹ ਸੁਰ ਹੀ ਰਹਿੰਦਾ। ਬਿਲਕੁਲ ਸਹੀ। ਔਰ ਸਰਹੱਦ ਵੀ ਨਹੀਂ ਹੈ ਮੌਸੀਕੀ ਦੀ ਕੋਈ, ਇਹ ਸਭ ਤੋਂ ਬੈਸਟ ਇਹ ਪਾਰਟ ਹੈ। ਕੈਦ ਨਹੀਂ ਕਰਕੇ ਰੱਖ ਸਕਦੇ ਇਹਨੂੰ, ਤੁਸੀਂ ਇਹਨੂੰ ਕੈਦ ਨਹੀਂ ਕਰ ਸਕਦੇ, ਆਪ ਜ਼ਰੂਰ ਆਏਗਾ ਦੂਸਰੀ ਤਰਫ, ਬਿਲਕੁਲ ਸਰਹੱਦ ਕ੍ਰੋਸ ਰੋਕ ਨਹੀਂ ਸਕਦੀ। ਸਰ ਸਰਹੱਦ ਨੂੰ ਕਹਿਣ ਦਿਓ, ਅੱਜ ਤੁਸੀਂ ਪਾਕਿਸਤਾਨ 'ਚ ਬੈਠੇ ਹੋ, ਅਸੀਂ ਅਮਰੀਕਾ 'ਚ ਬੈਠੇ ਹਾਂ, ਆਡੀਅੰਸ ਸਾਡੀ ਇੰਡੀਆ ਬੈਠੀ ਹੋਈ ਹੈ, ਕੈਨੇਡਾ ਲੰਡਨ ਬੈਠੀ ਹੋਈ ਹੈ, ਸਰਹੱਦ 'ਤੇ ਕੁਝ ਰਹਿ ਹੀ ਨਹੀਂ ਗਿਆ। ਬਿਲਕੁਲ ਬੇਸ਼ੱਕ, ਬਿਲਕੁਲ ਇਸ ਸਹੀ ਤੋਂ ਕਹਿ ਰਹੇ ਹੋ। ਇਸ ਇਹਦੇ ਤੋਂ ਵੈਸੇ ਸਿੱਖਣ ਦੀ ਲੋੜ ਹੈ, ਇਸ ਚੀਜ਼ ਤੋਂ ਸਿੱਖ ਵੀ ਮਿਲਦੀ ਹੈ ਕਿ ਯੂਨਾਈਟ ਹੋ ਕੇ ਰਹੋ, ਇੱਕ ਹੋ ਕੇ ਰਹੋ, ਇਨਸਾਨੀਅਤ ਨਾਲ ਰਹੋ, ਬੇਸਿਕਲੀ ਬੜੀ ਜਾਤ ਵੱਡਾ ਪਾਤ ਨਾ ਰਿਸ਼ਤਾ ਹੈ ਦੇਖੋ। ਜੀ ਇਨਸਾਨੀਅਤ, ਬਿਲਕੁਲ ਇਨਸਾਨੀਅਤ, ਮੁਹੱਬਤ, ਪਿਆਰ, ਔਰ ਹਰ ਧਰਮ ਹਰ ਮਜ਼ਹਬ ਦੇ ਵਿੱਚ ਇਹਦੇ ਬਾਰੇ 'ਚ ਕਿਹਾ ਗਿਆ ਕਿ ਤੁਹਾਡੇ 'ਚ ਇਨਸਾਨੀਅਤ ਬਹੁਤ ਜ਼ਰੂਰੀ ਹੈ, ਇੱਕ ਦੂਸਰੇ ਦਾ ਖਿਆਲ ਰੱਖਣਾ, ਇੱਕ ਦੂਸਰੇ ਨਾਲ ਪਿਆਰ ਕਰਨਾ, ਇੱਕ ਦੂਸਰੇ ਦੇ ਦੁੱਖ ਦਰਦ ਨੂੰ ਮਹਿਸੂਸ ਵੜਨਾ ਕਰਨਾ, ਉਹਦੇ ਲਈ ਕੁਝ ਕਰਨਾ ਚਾਹੀਦਾ। ਜੀ, ਤੇ ਸੋ ਲਓ ਜੀ, ਅੱਜ ਅਸੀਂ ਕਰਮ ਜੀ, ਹਾਂਜੀ ਕਰਮ ਜੀ, ਸਾਡੇ ਤਾਂ ਜੀ ਇੱਕ ਕਰਮ ਇਹ ਕਰੋ ਕਿ ਤੁਸੀਂ ਇਹ ਦੱਸੋ ਕਿ ਸਾਨੂੰ ਅੱਜ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਦੇ ਆਗਾਜ਼ ਕਿਹੜੇ ਰਾਗ ਨਾਲ, ਕਿਹੜੇ ਗੀਤ ਨਾਲ, ਕਿਹੜੇ ਗਾਣੇ ਨਾਲ ਕਰਨਾ ਚਾਹੋਗੇ?
जी मोनी जी और गिल साहब, जिहड़ा क्लासिकल म्यूजिक की गल, शास्त्रीय म्यूजिक की गल की, तो एक मैं अपने बुजुर्गों की बंदिश है जी जय जयवंती की, मैं तुहानू पेश करना। जिहड़ी सीना बसीना ग्वालियर घराने की जिहड़ियां चीज़ां ने, उहदे च कंपोजिशन नहीं ने, वह सीना बसीना ही साढ़े तक पहुंचियां ने। वह लगेगा कि चीज़ भी पुरानी, हाँ वह चीज़ मेरे वालिद कोलों मैं याद की, उन्होंने अपने वालिद कोलों, उन्होंने अपने वालिद कोलों ऐसी कंपोजिशन कट की ने, जिहड़ी सीना बसीना मेरे को आईयां ने, मैं उही तुहानू पेश करांगा और मैं अपने बच्चियां नू भी उही दस रहा, अपने भैणां भरा जिहड़े साढ़े सारे। इजाजत है तुहाडी जी। खूबसूरत आकार और बहुत ठहर के गाने वाली गायकी उन्नी ही टफ होंगी है, क्योंकि जिते ज़्यादा ठहराव होएगा उत्थे पकड़न जान दे चांसेस ज़्यादा होंगे ने कि कितने कट लग गया सुर कितने वध लग गया। बहुत अच्छी मनी जी तुसी गल कीती है,
ਇਹ ਟੈਸਟ ਮੈਚ ਜੇ, ਬਿਲਕੁਲ ਜਿਸ ਤਰ੍ਹਾਂ ਲੋਕ ਟੈਸਟ ਮੈਚ ਛੱਡ ਕੇ ਨਾ ਵਨਡੇ ਕ੍ਰਿਕਟ 'ਚ ਆ ਗਏ, ਫਿਰ 2020 'ਚ ਆ ਗਏ, ਅਤੇ ਇਹ ਟੈਸਟ ਮੈਚ ਇਹਦੀ ਜਦ ਰਿਆਜ਼ਤ ਹੁੰਦੀ ਸੀ, ਜਦੋਂ ਮੈਂ ਆਪਣੇ ਵਾਲਦ ਸਾਹਿਬ ਕੋਲੋਂ ਉਸਤਾਦ ਅਹਿਮਦ ਅਲੀ ਖਾਨ ਸਾਹਿਬ ਕੋਲੋਂ ਜੀ ਔਰ ਉਸਤਾਦ ਰਹਿਮਤ ਅਲੀ ਖਾਨ ਸਾਹਿਬ ਮੇਰੇ ਤਾਇਆ ਉਹਨਾਂ ਕੋਲੋਂ ਸਿੱਖਣਾ ਸਾ, ਤਾਂ ਮੈਂ ਕਹਿੰਦਾ ਸਾ ਸਿਰਫ ਜੋ ਖਰਜ ਹੈ ਅੱਧਾ ਅੱਧਾ ਘੰਟੇ ਖਰਚ ਹੀ ਭਰਵਾਈ ਜਾ ਰਹੇ ਨੇ, ਮੈਂ ਕਿਹਾ ਅੱਗੇ, ਕਹਿੰਦਾ ਬੇਟਾ ਪਹਿਲੇ ਇਹਨੂੰ ਠੀਕ ਕਰ। ਉਸ ਵੇਲੇ ਜਦੋਂ ਕਿਸਾਨ 18-20 ਸਾਲ ਦਾ ਬੱਚਾ ਹੋਵੇ ਜਾਂ 17-18, ਉਹ ਕਹਿੰਦਾ ਕੀ ਚੱਕਰ ਹੈ, ਅਗਰ ਪਲਟਾ ਕਰ ਰਹੇ ਹਾਂ ਕਿਸੇ ਰਾਗ ਦਾ ਤਾਂ ਉਹ ਪਲਟਾ ਹੀ ਕਰੀ ਜਾ ਰਿਹਾ, ਅੱਗੇ ਕਹਿੰਦਾ ਬੇਟਾ ਹਜੇ ਸਲੋ ਹੀ ਹੈ, ਫਾਸਟ ਨਹੀਂ ਹੈ। ਅੱਛਾ ਅੱਜ ਉਹਦੀ ਅਫਾਦੀਅਤ ਪਤਾ ਚੱਲੀ ਹੈ ਕਿ ਵਾਕਈ ਉਹ ਜਿਹੜਾ ਕਹਿੰਦੇ ਸਨ ਬਿਲਕੁਲ ਠੀਕ ਕਹਿੰਦੇ ਸਨ। ਔਰ ਅੱਜ ਦੇਖੋ ਤੁਸੀਂ ਜਿਹੜਾ ਮਿਊਜ਼ਿਕ ਹੈ ਇੰਨਾ ਬਦਲ ਗਿਆ ਕਿ ਤੁਸੀਂ ਸਟੂਡੀਓ 'ਚ ਬਹਿ ਕੇ ਗਾਣਾ ਯਾਦ ਕਰਦੇ ਹੋ, ਉੱਥੇ ਰਿਕਾਰਡ ਕਰ ਦਿੰਦੇ ਹੋ। ਸਹੀ ਗੱਲ ਹੈ। ਔਰ ਮੈਨੂੰ ਇੱਕ ਸ਼ਖਸ ਨੇ ਪੁੱਛਿਆ ਕਿ ਕਰਮ ਸਾਹਿਬ, ਕਰਮ ਅੱਬਾਸ ਖਾਨ ਸਾਹਿਬ, ਤੁਹਾਡੇ ਗਾਣੇ ਮਸ਼ਹੂਰ ਨਹੀਂ ਹੁੰਦੇ, ਤੁਸੀਂ ਵੀਡੀਓ ਵੀ ਬਣਾਏ ਨੇ। ਮੈਂ ਕਿਹਾ ਮੈਂ ਮਸ਼ਹੂਰ ਇਸ ਲਈ ਨਹੀਂ ਕਿ ਮੈਂ ਆਪਣੇ ਲਈ ਗਾਏ ਸਨ, ਅਤੇ ਮੈਂ ਮੁਸ਼ਕਿਲ ਗਾਣੇ ਬਣਾਏ ਸਨ, ਮੈਂ ਲੋਕਾਂ ਵਾਸਤੇ ਨਹੀਂ ਬਣਾਏ ਸਨ। ਅਗਰ ਮੈਂ ਇਹਨੂੰ ਗਾਣਿਆਂ ਨੂੰ ਆਸਾਨ ਕਰ ਦਿੰਦਾ ਕਿ ਮੋਨੀ ਜੀ ਵੀ ਗਾ ਰਹੇ ਨੇ, ਗਿੱਲ ਸਾਹਿਬ ਵੀ ਗਾ ਰਹੇ ਨੇ, ਤਾਂ ਮੈਂ ਮਸ਼ਹੂਰ ਹੋ ਜਾਂਦਾ। ਮੇਰੇ ਜ਼ਿਹਨ 'ਚ ਸੀ ਕਿ ਉਸਤਾਦ ਉਮੀਦ ਅਲੀ ਖਾਨ ਜੇ ਮੇਰੇ ਤਾਇਆ ਸਨ, ਉਹ ਕਿਸ ਤਰ੍ਹਾਂ ਬਣੇ ਨੇ, ਬੜੇ ਗੁਲਾਮ ਅਲੀ ਖਾਨ ਸਾਹਿਬ ਕੈਸੇ ਬਣੇ, ਜਾਂ ਗਜ਼ਲ ਗਾਇਕੀ ਵੱਲ ਤੁਸੀਂ ਚਲੇ ਜਾਓ, ਜਾਂ ਕਲਾਸੀਕਲ ਵੱਲ ਉਸਤਾਦ ਅਮੀਰ ਖਾਨ ਸਾਹਿਬ, ਰੋਸ਼ਨ ਆਰਾ ਬੇਗਮ, ਜਾਂ ਗਜ਼ਲ ਗਾਇਕੀ ਵੱਲ ਚਲੇ ਜਾਓ, ਤਾਂ ਮੈਂ ਸੋਚਣਾ ਸੀ ਕਿ ਮੈਨੂੰ ਵੀ ਐਸਾ ਕੰਮ ਕਰਨਾ ਕਿ ਲੈਜੈਂਡਸ ਦੇ ਵਿੱਚ ਮੇਰਾ ਨਾਮ ਆਵੇ, ਮੈਨੂੰ ਹਿੱਟ ਹੋਣਾ, ਜਿਹੜਾ ਇੱਕ ਆਮ ਜਿਹੀ ਚੀਜ਼ ਹੈ। ਕਿਸੇ ਦਾ ਮੋਨੀ ਜੀ ਗਾਣਾ ਜਾਂ ਗਿੱਲ ਸਾਹਿਬ ਤੁਸੀਂ ਕੋਈ ਅੱਛੀ ਕੰਪੋਜੀਸ਼ਨ ਦੋ ਰਿਕਾਰਡ ਕਰਕੇ USA ਤੋਂ ਤੁਸੀਂ ਰਿਲੀਜ਼ ਕਰ ਦਿਓ, ਤੁਹਾਡੇ ਤੁਸੀਂ ਵੀ ਐਜ਼ ਏ ਸਿੰਗਰ ਲੋਕਾਂ 'ਚ ਜਾਣਾ ਸ਼ੁਰੂ ਕਰ ਦੋਗੇ, ਜੇ ਗਿੱਲ ਸਾਹਿਬ ਕੋਲੋਂ ਗਾਣਾ ਸੁਣਨਾ ਹੈ ਜੀ। ਬਿਲਕੁਲ, ਆਫਰਾਂ ਆ ਗਈਆਂ ਆਲਰੇਡੀ। ਜਿਹੜਾ ਅੱਛਾ ਸੁਣਦੇ ਨੇ ਥੋੜ੍ਹਾ ਬਹੁਤ ਗਾ ਵੀ ਲੈਂਦੇ ਨੇ, ਇਹ ਵੀ ਗੱਲ ਹੈ ਕਿ ਤੁਸੀਂ ਸੁਰਜ ਵੀ ਹੋਗੇ ਇਨਸ਼ਾਅੱਲਾ। ਬੜੀ ਵੱਡੀ ਗੱਲ ਕੀਤੀ ਤੁਸੀਂ, ਜਿਵੇਂ ਤੁਸੀਂ ਬੜੇ ਗੁਲਾਮ ਅਲੀ ਖਾਨ ਸਾਹਿਬ ਦਾ ਨਾਮ ਲਿਆ, ਪਟਿਆਲਾ ਘਰਾਣਾ ਜੀ, ਉਹਨਾਂ ਦਾ ਵੀ ਗਾਣਾ ਆਕਾਰ ਦਾ ਹੈ ਨਾ, ਅਤੇ ਤੁਹਾਡਾ ਗਵਾਲੀਅਰ ਘਰਾਣਾ ਇਹ ਵੀ ਗਾਣਾ ਆਕਾਰ ਦਾ, ਸੋ ਕੋਈ ਡਿਫਰੈਂਸ ਹੈ ਦੋਵੇਂ ਆਕਾਰ ਘਰਾਣੇ 'ਚ? ਘਰਾਣੇ ਦੀ ਗਾਇਕੀ ਦੇ ਵਿੱਚ ਜੀ ਦੇਖੋ, ਸੱਚ ਤੇ ਸੱਚ ਹੈ, ਹਰ ਘਰਾਣੇ 'ਚ ਸੁਰ ਜ਼ਰੂਰ ਬੋਲੇਗਾ, ਆਕਾਰ ਵੀ ਬੋਲੇਗਾ। ਔਰ ਜਦੋਂ ਘਰਾਣੇ ਦੀ ਤਰਬੀਅਤ ਕੀਤੀ ਜਾਂਦੀ ਉਸ ਵੇਲੇ ਹਰ ਘਰਾਣਾ ਕੋਈ ਨਾ ਕੋਈ, ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਕਿਹਾ ਕਿ ਜਿਹੜੀ ਜਿਹੜੀ ਵੀ ਨਸਲ, ਮੈਂ ਆਪਣੇ ਬੇਟੇ ਨੂੰ ਵੀ ਇਹੋ ਹੀ ਕਹਿੰਦਾ, ਮੇਰੇ ਭਾਈ ਵਸੀਮ ਅੱਬਾਸ ਖਾਨ ਬੜਾ ਅੱਛਾ ਗਾ ਰਹੇ ਨੇ, ਅਤੇ ਮੇਰਾ ਬੇਟਾ ਅਹਿਮਦ ਅਲੀ ਖਾਨ ਉਹ ਵੀ ਗਾ ਰਿਹਾ, ਔਰ ਮੇਰੇ ਕਜ਼ਨਸ ਨੇ ਰੋਸ਼ਨ ਅੱਬਾਸ ਖਾਨ, ਇਮਰਾਨ ਅੱਬਾਸ ਖਾਨ, ਅਤੇ ਹੋਰ ਵੀ ਜਿਹੜੇ ਦੂਸਰੇ ਕਜ਼ਨਸ ਨੇ, ਉਸਤਾਦ ਫਤਿਹ ਅਲੀ ਖਾਨ ਹੈਦਰਾਬਾਦ ਤੋਂ ਉਹਨਾਂ ਦਾ ਤਾਲੁਕ ਹੈ, ਉਸਤਾਦ ਫਤਿਹ ਅਲੀ ਖਾਨ ਸਾਹਿਬ, ਹੋਰ ਬਹੁਤ ਸਾਰੇ ਸਾਡੇ ਘਰਾਣੇ ਦੇ ਵਿੱਚ ਲੋਕ ਗਾ ਰਹੇ ਨੇ। ਅਤੇ ਗੱਲ ਤਾਂ ਇਹੋ ਕੀਤੀ ਜਾਂਦੀ, ਸਾਨੂੰ ਜਿਹੜੀ ਤਰਬੀਅਤ ਦਿੱਤੀ ਜਾਂਦੀ ਹੈ ਕਿ ਆਕਾਰ ਰਹੇ, ਆ ਰਹੇ ਗਾਣੇ ਦੇ ਵਿੱਚ, ਜੇ ਆ ਰਹੇ। ਦੂਸਰੀ ਬੰਦਿਸ਼ਾਂ ਉਹ ਇਸਤੇਮਾਲ ਕੀਤੀਆਂ ਜਾਣ ਕਿ ਜਿਹੜੀਆਂ ਪੁਰਾਣੀਆਂ ਨੇ, ਜਿਹੜੀ ਸੀਨਾ ਬਸੀਨਾ ਬਜ਼ੁਰਗਾਂ ਕੋਲੋਂ ਯਾਦ ਕੀਤੀਆਂ ਨੇ। ਅਸੀਂ ਮੈਂ ਗਜ਼ਲਾਂ ਕੰਪੋਜ਼ ਕਰ ਲੈਣਾ, ਮੈਂ ਗੀਤ ਵੀ ਕੰਪੋਜ਼ ਕਰ ਲੈਣਾ, ਪਰ ਰਾਗਾਂ ਨੂੰ ਕੰਪੋਜ਼ ਨਹੀਂ ਕਰਦਾ, ਕਿਉਂਕਿ ਉਹਦੇ ਵੱਲੋਂ ਮਨਾ ਕੀਤਾ ਕਿ ਤੂੰ ਕੰਪੋਜੀਸ਼ਨ ਨਹੀਂ ਕਰਨੀ, ਜਿਹੜੀ ਹੈ ਵੀ ਉਹਨੂੰ ਹੀ ਗਾਣਾ। ਮੈਂ ਤੁਹਾਨੂੰ ਜਿਹੜੇ ਵੀ ਰਾਗ ਸੁਣਾਵਾਂਗਾ ਨਾ, ਉਹ ਬਜ਼ੁਰਗਾਂ ਦੇ ਬਣੇ ਨੇ, ਮੇਰੇ ਕੋਈ ਵੀ ਕੰਪੋਜ਼ ਨਹੀਂ ਕੀਤਾ ਹੈ ਉਹਨਾਂ ਦੇ ਵਿੱਚ, ਕੋਈ ਉੱਤੇ ਥੱਲੇ ਮੈਂ ਕੁਝ ਕੀ ਕਹਿੰਦੇ ਬੇਈਮਾਨੀ ਜੀ, ਮਤਲਬ ਖਾਲਸ ਹੈ, ਪਿਓਰ ਹੈ, ਬਿਲਕੁਲ ਬਿਲਕੁਲ। ਇਸੇ ਤਰ੍ਹਾਂ ਹਰ ਘਰਾਣੇ ਦੀ ਆਪਣੀ ਕੁਆਲਿਟੀ ਹੈ, ਹਰ ਘਰਾਣੇ ਦੇ ਆਪਣਾ ਇੱਕ ਅੰਦਾਜ਼ ਹੈ ਗਾਣੇ ਦਾ, ਉਹਨਾਂ ਦੇ ਜਿਹੜੇ ਘਰਾਣੇ ਜਿਹੜੇ ਵੀ ਦੂਸਰੇ ਗਾ ਰਹੇ ਨੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਦੱਸਦੇ ਹੋਣਗੇ ਕਿ ਜੀ ਤੁਸੀਂ ਇਹ ਕੰਮ ਤੇ ਕੰਮ ਕਰਨਾ। ਬਿਲਕੁਲ, ਲੇਕਿਨ ਮੈਨੂੰ ਕਾਫੀ ਸਿਮਿਲੈਰਿਟੀਜ਼ ਨੇ ਜਿਹੜੀਆਂ, ਗਵਾਲੀਅਰ ਘਰਾਣਾ ਔਰ ਪਟਿਆਲਾ ਘਰਾਣਾ ਦੇ ਬਹੁਤ ਸਿਮਿਲੈਰਿਟੀ ਨੇ, ਲਾਈਕ ਸਿਸਟਰ ਬ੍ਰਦਰ, ਬੜੇ ਬੜੇ ਬਿਲਕੁਲ ਵੱਡੇ ਵੱਡੇ ਗਾਇਕ ਹੋਏ ਨੇ ਇਹਨਾਂ 'ਚ, ਬੜੇ ਬੜੇ ਨਾਮਵਰ ਗਾਇਕ ਹੋਏ ਨੇ, ਔਰ ਹਰ ਘਰਾਣੇ ਦੀ ਆਪਣੀ ਖੁਸ਼ਬੂ ਹੈ, ਜਿਵੇਂ ਹਰ ਫੁੱਲ ਦੀ ਆਪਣੀ ਖੁਸ਼ਬੂ ਹੈ, ਹਰ ਘਰਾਣੇ ਦੇ ਬੜਾ ਬੜੀ ਖਿਦਮਾਤ ਨੇ। ਔਰ ਮੈਂ ਸਟਾਰਟ 'ਚ ਹੀ ਨਾ ਤੁਹਾਡੇ ਹੁਣ ਪਹਿਲੇ ਸਲਾਮ ਪੇਸ਼ ਕੀਤਾ ਕਿ ਜਿਹੜੇ ਇਹ ਕੰਮ ਕਰ ਰਹੇ ਨੇ, ਕਿਉਂਕਿ ਇਸ ਸਦੀ ਦੇ ਵਿੱਚ, ਇਹ ਦੌਰ ਦੇ ਵਿੱਚ ਕਲਾਸੀਕਲ ਮਿਊਜ਼ਿਕ ਗਾਣਾ ਆਸਾਨ ਨਹੀਂ ਰਿਹਾ। ਤੁਸੀਂ ਮੈਨੂੰ ਦੱਸੋ ਨਾ ਕਿ ਜਿੰਨਾ ਸੁਣੇਗਾ ਉਹੀ ਜਿਹਨੂੰ ਪਤਾ ਹੈ, ਬਿਲਕੁਲ, ਉਹ ਸੁਣਨ ਵਾਲੇ ਵੀ ਬੜੇ ਘੱਟ ਨੇ। ਹੁਣ ਮੋਨੀ ਗਿੱਲ ਸਾਹਿਬ ਨੇ ਔਰ ਸਾਡਾ ਗਿੱਲ ਸਾਹਿਬ ਬੈਠੇ ਨੇ ਨਾਲ, ਹੁਣ ਇਹਨਾਂ ਨੂੰ ਸਮਝ ਤੇ ਇਹਦੇ 'ਤੇ ਗੱਲ ਕਰ ਰਹੇ, ਸਭ ਲੋਕਾਂ ਨੂੰ ਸਮਝ ਨਹੀਂ ਹੈ। ਕਲਾਸੀਕਲ ਮਿਊਜ਼ਿਕ 'ਤੇ ਕੰਮ ਨਹੀਂ ਕਰਦੇ, ਹਰ ਬੰਦਾ ਚਾਹੁੰਦਾ ਸ਼ਾਰਟਕੱਟ ਕੀ ਹੈ, ਹਰ ਬੰਦਾ ਕੋਈ ਸਿਗਨਲ 'ਤੇ ਖੜਾਉਣਾ ਨਹੀਂ ਚਾਹੁੰਦਾ ਕਿ ਕਿਹੜਾ ਇੰਤਜ਼ਾਰ ਕਰਾਂ, ਨਿਕਲੋ ਯਾਰ, ਇਹ ਕੰਮ ਕਹਿੰਦਾ ਰੁਕ ਜਾਓ, ਕਿਧਰ ਜਾਣਾ ਨਹੀਂ ਤੁਸੀਂ, ਪਹਿਲੇ ਆਪਣਾ ਕੰਮ ਠੀਕ ਕਰੋ ਤਾਂ ਫਿਰ ਅੱਗੇ ਜਾਓ, ਅੱਗੋਂ ਫਿਰ ਵਕਤ ਜਿਹੜੇ ਨੇ ਨਸੀਬ ਉਹ ਵੀ ਲੱਗਣ ਨਾ ਲੱਗਣ, ਉਹ ਅੱਲਾ ਦੀ ਮਿਹਰਬਾਨੀ ਹੈ ਕਿ ਤੁਹਾਨੂੰ ਅਰੂਜ ਦੇ ਦੇ, ਔਰ ਕਲਾਸੀਕਲ ਮਿਊਜ਼ਿਕ 'ਚ ਅਰੂਜ ਮੁਸ਼ਕਿਲ ਹੈ, ਇਹਦੇ 'ਚ ਮਿਹਨਤ ਹੀ ਮਿਹਨਤ। ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਮੈਂ ਇਹ ਤੁਹਾਡਾ ਮਿਊਜ਼ਿਕ ਹੈ ਜਿਹੜਾ ਖਿੱਚ ਕੇ ਮਾਈ ਟੀ ਵੀ 'ਤੇ ਲੈ ਕੇ ਆਇਆ,
क्योंकि जो मैं तुम्हें पहली बार पहली दफ़ा सुनिया तो मैं सोशल मीडिया से फेसबुक पर ही सुनया लॉन्ग टाइम अगो तो उदो मैनू तुहाड़ी गायकी एक्चुअली मैं आकार तो ही मैं ज़्यादा फैन हूँ कि जो कोई सिंगर गा रहा है सुरीला तो गा रहा है लेकिन वह आकार भी बहुत खूबसूरत हो मेरी अपनी परसनल चॉइस है कि मैं वह ज़्यादा कन्ना एकदम अट्रैक्ट करता है तो वह मैं जो तुम पहली दफा ही सुनिया मैं लग्या कि बहुत मैं ये नहीं पता से कि तुम खुद ग्वालियर घराने के वारिस निकल आओगे ये नहीं मैं पता से लेकिन बड़ी मैं अपने कन्ना मैं तारीफ करना चाहूँगी अपने कन्ना की भी कि उन्होंने सही हीरा पहचान है और ये सोशल मीडिया ने लाइफ इन्नी क ईजी कर दिती है या इन्नी क नेड़े कर दिती है और जी सरहदा ने उन्होंने खत्म कर दिता है इंटरनेट ने सो ये वास्ते भी इंटरनेट वास्ते भी तालियां क्योंकि थोड़ी जी तारीफ करते हैं पता चले बिगड़ गया इंटरनेट साडा जिहड़ा इंटरव्यू टोटली आधारित हुंदा है पूरा इंटरनेट दे उत्ते जे इंटरनेट खराब है फिर तो खत्म काम साडी ऑडियंस भी इंटरनेट ते आधारित है सो ते मैनूं हुण थोड़ा जिहा दसो कि जदों तुसीं सिख रहे सी अपने वालद साहब तो किन्ना क टफ हुंदा अपने पेरेंट तो सीखना अपने माँ बाप तो सीखना क्योंकि आर दे वेरी स्ट्रिक्ट कि बहुत सख्त हुंदे सी किस तरह दे मिजाज हुंदा सी उहनां दा अच्छा मेरे वालिद जिहड़े उस्ताद अहमद अली खान साहब अल्लाह उहनां नूं जनता च कार होण उहनां दा बहुत जल्दी देहांत हो गया उहनां दा इंतकाल हो गया कोई 55 साल दी उम्र च उहनां नूं लीवर कैंसर होया सी और बहुत नेक शख्स मैं समझना कि मैं अपने बेटे दा नाम ही अहमद अली खान इसलिए रखिया कि उहनां दा नाम जिंदा रहे और बड़े दीनी आदमी बहुत नेक आदमी मैं कहना कि सारा दिन मेरे अपने बेटे ने 17 साल उन्होंने एज उन्होंने दसदा रहा तेरा दादा इंज बहिंदा सी इस तरह गल करता सी इस तरह नहीं करता सी इस तरह अच्छा मैंने जो उन्होंने दसिया ना गाना मार कुट के नहीं दसिया वरना बड़ी बड़ी फेंटियां पैंदियां ने अच्छा मैं बड़ी पतंगा उड़ानियां क्रिकेट खेडनी सारा सारा काला रंग होया ग्राउंड के कोई खिडा रहा नहीं खिडा रहा बस मैच वेखी जा रहा तो मैं कहते कहते यार तू स्कूल च भी जाना है तो तेरा दिल नहीं लगता तू टेबल बजाता रहना गाना मुंडिया ने ग्रुप बनाया गाने चलाता रहना है तू करना की चाह रहे तू करना की चाह रहे तो मैं क्या जी मैं क्रिकेट जाने का शौक है तो मैं कहता यार अपना तेरी आवाज़ अच्छी है करम मेरा सोना रियाज कर मेहनत कर अगर तू यह काम नहीं करेगा फिर कौन करेगा तेन करना पेगा ताकि मेरा नाम अगे चले मैं अपने वालिद को सीखा जी उन्होंने अपने वालिद को तू कि सीख रहा तू तो सारा दिन फिर रहना अच्छा मैं उन्होंने गल मैं एक गल है कि मैं अपने बाप की गल बड़ी ध्यान न सुनना था और मैं और मेरे वालिद साहब इंतकाल तो पहले तकरीबन 15 साल पहले असं एक ही बिस्तर से सोने सज के जिवें मतलब सुबह नमाज लिए उठते सन तो मैं चल भी चाह बना कर तो मैं चाह बना रहा अच्छा उन्होंने इस तरह मैं गाना मोनी जी दसिया है कि जिवें इंसान गल्ला करता है खून च तो होंगे है ना तो म्यूजिक कि देखो यार करम ऐ पैरों ही ठीक है यदि सरगम है अच्छा जी मैं करना शुरू किया जो मैं करन लगा तो करदे फिर मैं इस वक्त तक पहुंचा कि घर की लाइट एशिया च बहुत जाती है पाकिस्तान इंडिया च लाइट गई तो मेरे वाले सब कोठे से बैठे ने उत्ते आ जा अंदर गर्मी चिराग बल रहे हैं या लाइट एन बाल ली अपनी तो हालात ऐसे सन तो लाइट गर्मी च पसीने नाल मैं भिजे आया कहता वह तेन कोई पीलिया हो जाएगा उत्ते आ जा बस हो गया उत्ते अच्छा फिर हसते सन सुबह शाम दोपहर सुबह शाम तो मैं उन्होंने अखां के सामने 18 साल की उम्र च वड्डे वड्डे गवैया नाल जाके गाने लग गया फिर कहिंदा है देख ना गैरत करे ना बच्चा तो माँ बाप का नाम बुलंद हुंदा है तू फिर उन्होंने जनाब जो मेरे अब्बा जी नाल गांदे सन मैंने उन्होंने नाल छड़दे सन परफॉर्मेंस वास्ते पर वह भी इस तरह वेखदे सन मेरे वाल कि बच्चा या तो बड़ा खिदमत गुजार ही है दुआ वाला है कि अच्छे अच्छे गवैया के नाल मैं गाण का मौका मिले जोड़े मेरे बहुत सीनियर सन उन्होंने भी उन्होंने को दात लीती मैं कि नहीं बहुत जबरदस्त हूँ यह कोई गल्ला मैं अपने बेटे ने भी दस रहे हैं और जो आने वाले लोग ने कि कम तो सफर तो मुश्किल है पर मेहनत है वे अगर कर लैन तो यह कम जिंदा रहेगा खत्म नहीं होगा बिल्कुल सही गल है नहीं डेफिनेटली सिखाना सर और... कोई भी सफर आसान नहीं है बेशक कोई भी एनी फील्ड ले लो जो तुम डॉक्टर बनना है तो मेडिकल की स्टडी बहुत हार्ड है जो इंजीनियर बनना है तो वह भी बहुत हार्ड है किसी इंसान ने उर्दू च लिखा है मैं उर्दू पढ़नी नहीं आती लकी कौर इज वॉचिंग An awesome artist. Thank you. Harnoor Kanwar, Dolly Didi ji, tanu aadab bhej rahe ne saryan nu Delhi ton.
ਬਹੁਤ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਬੌਬ ਸਿੰਘ ਸ਼ੁਕਰੀਆ ਲਿਖ ਰਹੇ ਨੇ ਲੁਕਿੰਗ ਗੁੱਡ ਮਿਸਟਰ ਐਂਡ ਮਿਸਿਸ ਗਿੱਲ ਐਂਡ ਆਫ ਕੋਰਸ ਕਰਮ ਸਾਹਿਬ ਥੈਂਕ ਯੂ ਸੋ ਮਚ ਗਾਇਸ ਸੋ ਮੈਨੂੰ ਦੱਸੋ ਤੁਸੀਂ 10 ਸਾਲ ਦੀ ਉਮਰ ਤੋਂ ਸ਼ੁਰੂ ਕਰ ਲਿਆ ਸੀ ਬਿਲਕੁਲ ਸਹੀ ਹੈ ਕਿ ਇੱਕੋ ਸੁਰ ਤੇ ਬੈਠੇ ਰਹਿਣਾ ਅੱਧਾ ਦਾ ਦੋ ਦੋ ਘੰਟੇ ਉਸ ਉਮਰ 'ਚ ਬਹੁਤ ਮੁਸ਼ਕਿਲ ਕੰਮ ਹੈ ਕਿਉਂਕਿ ਜਦੋਂ ਅੱਛਾ ਸਾਡੇ ਥੋੜੇ ਜਿਹੇ ਸਬਰ ਸੀ ਹੁਣ ਨਵੀਂ ਨਸਲ ਜਿਹੜੀ ਉਹ ਬਹੁਤ ਜ਼ਿਆਦਾ ਬੇਸਬਰੀ ਅਸੀਂ ਫਿਰ ਵੀ ਸਬਰ ਵਾਲੇ ਸਰ ਅੱਜ ਨਵੇਂ ਬੱਚੇ ਜਿਹੜੇ ਨੇ ਬੜੇ ਬਦਮਾਸ਼ ਨੇ ਔਰ ਉਦੋਂ ਇੰਟਰਨੈਟ ਨਹੀਂ ਸੀ ਅੱਜ ਕੱਲ੍ਹ ਦੇ ਬੱਚੇ ਵਾਜੇ ਦੇ ਉੱਪਰ ਫੋਨ ਰੱਖ ਕੇ ਵਿੱਚ ਗੇਮਾਂ ਦੇਖ ਰਹੇ ਹੁੰਦੇ ਨੇ ਬਿਲਕੁਲ ਸਹੀ ਕਹਿ ਰਹੇ ਅੱਜ ਕੱਲ੍ਹ ਐਸੇ ਤਰ੍ਹਾਂ ਆਨਲਾਈਨ ਕਲਾਸਾਂ ਹੋ ਰਹੀਆਂ ਹੁੰਦੀਆਂ ਨੇ ਤੇ ਸਾਡਾ ਬੱਚਾ ਕੰਪਿਊਟਰ ਔਨ ਕਰਕੇ ਆਪ ਖਾ ਪੀ ਰਿਹਾ ਹੁੰਦਾ ਰਸੋਈ 'ਚ ਮੈਂ ਕਿਹਾ ਬੇਟਾ ਟੀਚਰ ਟੀਚਰ ਗੱਲਾਂ ਮਾਰਨ ਡਈ ਹੈ ਇਹਨਾਂ ਭਾਸ਼ਣ ਦੇਣ ਡਈ ਹੈ ਬਿਲਕੁਲ ਸਹੀ ਕਹਿ ਰਹੇ ਤੁਸੀਂ ਔਰ ਗਿਲ ਸਾਹਿਬ ਮੈਂ ਤੁਹਾਨੂੰ ਇੱਕ ਪੰਜਾਬੀ ਪੇਸ਼ ਕਰਾਂਗਾ ਆਪਣੀ ਜੀ ਪਲੀਜ਼ ਸ਼ੋਰ ਸ਼ੋਰ ਪਲੀਜ਼ ਹੈ ਨਾ ਸ਼ੁਰੂ ਕਰੋ ਇਹ ਰਾਤ ਪਹਾੜੀ ਦੇ ਵਿੱਚ ਵਾਹ ਦਿਲ ਦੇ ਦੁਖੜੇ ਕੌਣ ਵੰਡਾਵੇ 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 ਦਰਦ ਹਿਜਰ ਦਾ ਖਾਂਦਾ ਜਾਵੇ ਦਿਲ ਦੇ ਦੁਖੜੇ ਕੌਣ ਵੰਡਾਵੇ ਦਿਲ ਦੇ ਦੁਖੜੇ ਕੌਣ ਵੰਡਾਵੇ ਦਿਲ ਦੇ ਦੁਖੜੇ ਕੌਣ ਵੰਡਾਵੇ ਦਰਦ ਹਿਜਰ ਦਾ ਖਾਂਦਾ ਜਾਵੇ ਦਿਲ ਦੇ ਦੁਖੜੇ ਕੌਣ ਵੰਡਾਵੇ ਜਾਣੀ ਜਾਣ ਤੇ ਮਹਿਰਮ ਦਿਲ ਦੇ ਜਾਣੀ ਜਾਣ ਤੇ ਮਹਿਰਮ ਦਿਲ ਦੇ ਕਿਧਰੇ ਨਾਲ ਨਸੀਬਾਂ ਮਿਲਦੇ ਕਿਧਰੇ ਨਾਲ ਨਸੀਬਾਂ ਮਿਲਦੇ ਨਾਵੇ ਨਾ ਕੋਲ ਬੁਲਾਵੇ ਨਾ ਹੀ ਆਵੇ ਨਾ ਕੋਲ ਬੁਲਾਵੇ ਦਰਦ ਹਿਜਰ ਦਾ ਖਾਂਦਾ ਜਾਵੇ ਦਿਲ ਦੇ ਦੁਖੜੇ ਕੌਣ ਵੰਡਾਵੇ ਦਿਲ ਦੇ ਦੁਖੜੇ ਕੌਣ ਵੰਡਾਵੇ ਨੀ ਚੰਬੇ ਦੀਏ ਬੰਦ ਕਲੀਏ ਤੈਨੂੰ ਕਿਹੜੇ ਵੇਲੇ ਰੱਬ ਨੀ ਬਣਾਇਆ ਤੇ ਸੋਚਾਂ ਵਿੱਚ ਆਪ ਪੈ ਗਿਆ ਦੂਜਾ ਚੰਨ ਕਿਧਰੋਂ ਚੜਿਆ ਨੀ ਚੰਦੇ ਦੀਏ ਬੰਦ ਕਲੀਏ ਤੈਨੂੰ ਕਿਹੜੇ ਵੇਲੇ ਰੱਬ ਨੀ ਬਣਾਇਆ ਤੇ ਸੋਚਾਂ ਆਪ ਪੈ ਗਿਆ ਦੂਜਾ ਚੰਨ ਕਿਧਰੋਂ ਚੜਿਆ ਚੰਬੇ ਦੀਏ ਬੰਦ ਕਲੀਏ ਹੋ ਅੱਖੀਆਂ ਨੇ ਜਿਵੇਂ ਫੁੱਲ ਕਵਲ ਦੇ ਅੱਖੀਆਂ ਨੇ
अखियां ने जिवें फुल कवल दे बुलिया ने दो शेर गजल दे दो शेर गजल दे ए हसा पिया इंज डुलदा जिवें जाम किसने छड़काया ए सोचा विच आप बह गया दूजा चन किधरों चढ़ आया ये चंदे दिए गंद कलिए हो क्या बात है ये जदों तुसीं शुरू ही किया ना तो मैनू खान साहब याद आ गए गुलाम अली खान साहब बहुत अच्छी उनकी पंजाबी है बिल्कुल और बड़ी खूबसूरत ही इस पहाड़ी सानू ताज वादियां दे विच लै गए ने सानू वैसे ही वार सुनो पई हुई है खूबसूरती करम जी जदों तुसीं शुरू कर दे हो ना तोड़ा जड़ा पहला सुर है ना जड़ा वो इन्ना को बैंग ऑन होंदा है ना कि मतलब सारा बैंग ऑन होंदा के पूरा टकाने ते होंदा हां के वो उत्थे ही वो फुल खिल जांदा है गीत दा कि हुण सानू उत्थे पता लग जांदा कि हुण की होण लगा है इन्नी खूबसूरत पहला सुर बहुत बहुत शुक्रिया तुहाडा तुसी एप्रीशिएट करदे हो और अच्छा सुनन वाले हो और पंजाब नू वैसे भी दुआ है पंजाब दा गाना जड़ा है वो बड़ा ही जबरदस्त है जिस चीज तुसी ले लो रैसलिंग च ले लो तुसी सिंगिंग च ले लो पंजाबी जड़ा भी काम करदा उहदे च बड़ा अल्लाह दा करम हुंदा है और बहुत परफेक्ट हुंदा उहदे च और मैं प्रधानमंत्री बन जाने बहुत खूबसूरती नाल तुसी राग दी शुरुआत कीती फिर पंजाबी अंग च जदों तुसी चंबे दी बंद कली च बहुत ही परफेक्ट जर्नी सी बहुत खूबसूरत जिन्नू कहिंदा जनाब आप तमाम दोस्तों का बहुत बहुत शुक्रिया जो प्यार कर रहे हैं पूरी दुनिया में और हमारी जो है मौनी जी और गिल साहब के साथ जो चल रहा है उसके लिए जितने हमारे पंजाबी भाई हैं बहने हैं और जो उर्दू स्पीकिंग है जितने भी हैं सब लोगों का बहुत बहुत शुक्रिया कि आप अच्छा म्यूजिक सुन रहे हैं उसको अप्रिशिएट कर रहे हैं गजल जे शानुल हक हकी साहब दी अच्छा एदन एक छोटी सी बड़ी याद है कि ए गजल मेरे वालिद साहब नु एक शानुल हक हकी साहब बड़े अच्छे शायर थे तो उन्होंने मेरे अब्बा जी ने गजल लिख के दी कि अहमद अली खान ने कंपोजिशन करनी तो दुनिया तो चले गए फिर मेरे जो शायर सन शानुल हक हकी साहब है कैनेडा च इंतकाल कर गए वो पेपर मेरे कुछ अर्था पहले मेरे हाथ च आया वो उन्होंने तहरीर से तो मैं क्या एक गजल मैं कंपोज करना ए दोवां लई ट्रिब्यूट है मेरे वालिद लई भी उन्होंने दोस्त थे क्या बात है गजल दे बोलने अंदाज है मौसम में मेरे रंगे गजल के क्या बात आती है तेरी याद बड़े भेस बदल वाह क्या बात है यार मिशन मिल जे गोरख कल्याण भी है और रागेश्वरी भी है गोरख कल्याण दी पहले थोड़ी शक्ल फिर रागेश्वरी फिर गजल ठीक है मारे नी दनी रे मारे नी रे सा सा नी नी रे सा रे मारे नी द मारे नी द नी रे मारे मारे सा रे नी नी रे सा मारे नी रे सा नी द नी द मारे मारे नी द मारे सा रे नी सा नी रे मारे अब रागेश्वरी करेंगे सनी सग मारे सनी सग मदनी द मदनी धनी दम धनी दम ग मारे सनी सनी नीर सारे नीनी सा धनी सग मारे नीर सा दो राग का मिलाप है इस गजल में ब्यूटीफुल अंदाज है मौसम में मेरे रंगे गजल के अंदाज
मौसम में मेरे रंगे गजल के आती है तेरी याद बड़े भेस बदल के अंदाज। क्या बात है। मौसम में मेरे रंगे गजल के आती है तेरी याद बड़े भेस बदल के अंदाज। मौसम में हूँ ऐ शेर मैं अपने वालिद साहब वास्ते कहूंगा, अपने अब्बा जी वास्ते। याद आने लगा फिर वो सकूं तेरी गली का, याद आने लगा फिर वो, याद आने लगा फिर वो सकूं तेरी गली का, याद आने लगा फिर वो सकूं तेरी गली का, फिर दिल का तकाजा है के बैठे वहीं चल के, फिर दिल का तकाजा है के बैठे वहीं चल के, आती है तेरी याद बड़े भेस बदल के अंदाज है, अंदाज है मौसम में। अब और कोई जिक्र दिल अफ़ज़ा ना दिल अफ़रोज़, अब और कोई जिक्र दिल अफ़ज़ा फिरो आगे मां निध मर रे सग मनी दम गम सा, अब और कोई जिक्र दिल अफ़ज़ा दिल अफ़रो, बैठी है जमाने पे बहुत जहर उगल के, बैठी है जमाने पे बहुत जहर उगल के, आती है तेरी याद बड़े भेस बदल के अंदाज है, अंदाज है, अंदाज। बहुत बहुत शुक्रिया, बहुत मेहरबानी। रिकॉर्ड करने का मौका मिला कि हले नहीं किता? जी रिकॉर्ड करने का इरादा है जी, और गजल वैसे भी ना मेहदी हसन खान साहब तो बाद या गुलाम अली साहब तो बाद और जगजीत साहब तो बाद थोड़ा जहा ना स्लो हो गया, नई जड़े लोग ने इन्हों गजल वाल आना चाहिए, वो एकदम जंप करके ना और फोक वाल तो जा रहे हैं आर्टिस्ट और सूफी म्यूजिक वाल भी जा रहे हैं, पर गजल का जड़ा ना जरा स्टेज वो खाली है, खाली है। नहीं बहुत घट ने, बहुत घट ने, हजारों के बीचों फिर जाके एक कोई गजल सिंगर आंदा है। बेशक बिल्कुल सही कह रहे, पर इतने कम जड़ा ना मोनी जी बहुत घट है गजल का ना, दोनों देशों च मेरा ख्याल है कि थोड़ा जहा अगर गजल का होंगे तो बड़े सिलेक्टेड लोग होंगे ने। गिल साहब की कहें तुम? एग्जैक्टली मेरे ख्याल यस सिलेक्टेड होंगे ने, जिमें तुम कहा कि अज की जनरेशन जी है वो इंटरनेट वाली जनरेशन है, सो उन्होंने पॉप भी चाहिए है, सारा कुछ चाहिए है, गजल सुनना कवाली सुननी, कवाली फिर भी थोड़ा धार्मिक हो जाता है तो बंदा थोड़ा जो ना। गिल साहब पता की वजह जे कवाली च बहुत सारा कलाम है, गजल च छे शेर ने या अठ शेर ने, कवाली च ना तुसी एक अगर तुसी शेर किया है पिछों एक हमनवा ने कोई तुहाडे कान च दूसरा शेर कहता है तुसी उन्होंने कहा था अदरों एक आवाज आई तीसरा शेर कहता है, तो एक पूरी बहर नाल चलता रहता है ना और तकरीबन एक एक घंटे तक खत्म नहीं हो रहा, दो दो घंटे तक वही कलाम चल रहे। अच्छा गजल च एक तो शायर ठीक है, ओदा तलफुज, ओदे बाद गायकी और ओदे ताल जिहड़े दादरा कैरवा मुगलाई तीन चार ताल ने,
ਉਹਦੇ 'ਚ ਬੜਾ ਹੁਣ ਬੰਦਾ ਜਿਹੜਾ ਬੈਠਾ, ਜਦਕਿ ਮੈਂ ਮੋਨੀ ਜੀ ਨੇ ਅਤੇ ਤੁਹਾਨੂੰ ਗਿੱਲ ਸਾਹਿਬ, ਮੈਂ ਇੱਕ ਕੌਂਸਰਟ 'ਚ ਵੀ ਤੁਹਾਡੇ ਫੇਸਬੁੱਕ 'ਤੇ ਵੇਖਿਆ ਕਿ ਤੁਸੀਂ ਹੇ ਕਰ ਰਹੇ ਸੋ, ਜਦਕਿ ਹੱਲਾ ਇਹ ਕਿਸੇ ਆਰਟਿਸਟ ਦਾ ਕੌਂਸਰਟ ਸੀ ਅਤੇ ਤੁਸੀਂ ਮਤਲਬ ਪੋਪ ਮਿਊਜ਼ਿਕ ਦਾ ਹੀ ਸੀ ਸ਼ਾਇਦ, ਅਤੇ ਮੇਰਾ ਹਾਂ ਸ਼ਾਇਦ ਬਿਲਕੁਲ, ਅਤੇ ਮੇਰਾ ਕਹਿਣ ਦਾ ਮਕਸਦ ਹੈ ਕਿ ਹਰ ਬੰਦਾ ਹੱਲਾ ਗੁੱਲਾ ਚਾਹੁੰਦਾ ਹੈ ਲਾਈਵ, ਪਰ ਗਜ਼ਲ ਗਾਇਕੀ ਜਿਹੜੀ ਨਾ ਇਹ ਪੂਰਾ ਕਲਚਰ ਹੈ। ਮਹਿਦੀ ਸਾਹਿਬ ਨੂੰ ਦੇਖ ਲਓ, ਫਰੀਦਾ ਖਾਨਮ ਜੀ ਨੂੰ ਦੇਖ ਲਓ ਤੁਸੀਂ, ਔਰ ਇਕਬਾਲ ਬਾਨੂ ਸਨ, ਨੂਰ ਮੈਡਮ ਨੂਰ ਜਹਾਂ ਨੇ, ਲਤਾ ਜੀ ਨੇ, ਜਗਜੀਤ ਸਾਹਿਬ ਨੇ, ਅਤੇ ਇਹ ਸਾਰਾ ਇੱਕ ਕਲਚਰ ਹੈ ਪੂਰਾ। ਗਾਲਿਬ ਦਾ ਕਲਾਮ ਹੈ, ਫੈਜ਼ ਅਹਿਮਦ ਫੈਜ਼ ਹੈ, ਅਹਿਮਦ ਫਰਾਜ਼ ਹੈ, ਨਾਸਿਰ ਕਾਜ਼ਮੀ ਹੈ, ਕਤੀਲ ਸ਼ਫਾਈ ਹੈ, ਪਤਾ ਨਹੀਂ, ਔਰ ਮਤਲਬ ਇੱਕ ਐਸੀ ਚੀਜ਼ ਹੈ ਕਿ ਜਿਹੜੀ ਇਹ ਸਾਡਾ ਇੱਕ ਕਲਚਰ ਸੀ ਇੱਕ ਜ਼ਮਾਨੇ ਦਾ ਦੋਵਾਂ ਦੇਸ਼ਾਂ ਦਾ। ਬਿਲਕੁਲ ਸਹੀ ਕਿਹਾ, ਇਸੇ ਗੱਲ 'ਤੇ ਸ਼ੋਏਬ ਅਹਿਮਦ ਲਿਖ ਰਹੇ ਨੇ, ਇਟਸ ਰੀਅਲੀ ਓਨਰਡ ਫੋਰ ਅਸ ਐਂਡ ਮਾਈ ਟੀ ਵੀ ਦੈਟ ਸੱਚ ਗ੍ਰੇਟ ਲੈਜੈਂਡਸ ਲਾਈਕ ਫਰੀਦਾ ਖਾਨਮ, ਤਰਨੁਮ ਨਾਜ਼, ਨੱਕੀ ਅਲੀ ਖਾਨ ਐਂਡ ਅਦਰਸ ਐਂਡ ਨਾਓ ਕਰਮ ਅਬਾਸ ਕਮਿੰਗ ਐਂਡ ਪਰਫੋਰਮ ਲਾਈਵ ਐਂਡ ਵੀ ਆਰ ਏਬਲ ਟੂ ਸੀ, ਥੈਂਕ ਯੂ ਕੋਵਿਡ 19, ਉਹ ਕੋਵਿਡ 19 ਦਾ ਸ਼ੁਕਰੀਆ ਕਰ ਰਹੇ ਹਾਂ। ਅੱਛੀ ਗੱਲ ਹੈ, ਪੋਜ਼ਿਟਿਵ, ਵੈਰੀ ਨਾਈਸ ਸ਼ੋਏਬ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਅੱਛੀ ਬਾਤ ਹੈ ਕਿ ਹਰ ਨੈਗੇਟਿਵਿਟੀ ਦੇ ਵਿੱਚੋਂ ਵੀ ਪੋਜ਼ਿਟਿਵ ਲੱਭਣਾ, ਇਹ ਆਪਣੇ ਲਈ ਤਾਲੀਆਂ ਬੰਦੀ ਹੈ। ਔਰ ਦੂਸਰਾ ਜਿਹੜੀ ਗਜ਼ਲ ਦੀ ਮੈਂ ਗੱਲ ਦੱਸਾਂ, ਇੱਕ ਇਹ ਮੇਰੀ ਆਪਣੀ ਸੋਚ ਹੈ, ਇਹਦੇ 'ਚ ਬਾਕਾਇਦਾ ਜਿਹੜਾ ਸ਼ਾਇਰ ਹੈ ਉਹਨੂੰ ਪੂਰੀ ਹਾਈਲਾਈਟ ਮਿਲਦੀ ਹੈ, ਔਰ ਜਿਹੜਾ ਰਾਗ ਹੈ ਉਹਨੂੰ ਹਾਈਲਾਈਟ ਮਿਲਦਾ, ਜਿਹੜਾ ਸਿੰਗਰ ਹੈ ਉਹਨੂੰ ਹਾਈਲਾਈਟ ਮਿਲਦਾ। ਸੋ ਇਹ ਇੱਕ ਕੰਬੀਨੇਸ਼ਨ ਹੈ ਮਿਊਜ਼ਿਕ ਦਾ, ਬਹੁਤ ਅੱਛਾ ਪੈਕੇਜ ਹੈ ਇਹ। ਸੋ ਇੰਡੀਵਿਜੁਅਲ ਪਰਸਨ ਨੂੰ ਜਾਂ ਇੰਡੀਵਿਜੁਅਲ ਵੇ ਦੇ ਵਿੱਚ ਜੋ ਚੀਜ਼ ਯੂਜ਼ ਹੋ ਰਹੀ ਹੈ ਨਾ ਗਜ਼ਲ ਦੇ ਵਿੱਚ, ਅਤੇ ਉਹਨੂੰ ਉਹਦੇ 'ਤੇ ਹਾਈਲਾਈਟ ਹੁੰਦਾ ਬੇਸਿਕਲੀ। ਸੋ ਇਟਸ ਇਹ ਬਹੁਤ ਇੰਪੋਰਟੈਂਟ ਹੈ ਇੱਕ ਸ਼ਾਇਰ ਲਈ, ਔਰ ਇੱਕ ਸਿੰਗਰ ਲਈ, ਔਰ ਕਿਸੇ ਮਿਊਜ਼ਿਕ ਕੰਪੋਜ਼ਰ ਵਾਸਤੇ, ਕਿ ਉਸ ਚੀਜ਼ ਨੂੰ ਕ੍ਰੈਡੀਬਿਲਿਟੀ ਮਿਲਣਾ, ਉਸ ਚੀਜ਼ ਨੂੰ ਸ਼ਾਬਾਸ਼ੀ ਮਿਲਣਾ, ਕਿ ਇੱਕ ਸ਼ਾਇਰ ਨੇ ਅਗਰ ਆਹ ਚੀਜ਼ ਗਾਈ ਹੈ, ਆਹ ਚੀਜ਼ ਲਿਖੀ ਹੈ, ਅਤੇ ਉਹਨੇ ਕੀ ਲਿਖਿਆ ਔਰ ਉਹਨੂੰ ਕਿਸ ਮਿਊਜ਼ਿਕ ਦੇ ਵਿੱਚ ਪਾਇਆ ਔਰ ਉਹਨੂੰ ਕਿਵੇਂ ਗਾਇਆ ਗਿਆ, ਕੀ ਉਹਦੀ ਫੀਲਿੰਗ ਨੇ, ਔਰ ਇਹ 'ਚ ਕਿਹੜੇ ਰਾਗ ਦੇ ਕਿਹੜੇ ਸੁਰ ਬੈਠਣਗੇ, ਤੇ ਇਹਦੀ ਫੀਲਿੰਗ ਹੋਰ ਉੱਭਰ ਕੇ ਸਾਹਮਣੇ ਆਏਗੀ। ਔਰ ਕਿਹੜੀ, ਮੈਂ ਤੁਹਾਨੂੰ ਇੱਕ ਅਰਜ਼ ਕਰਾਂ ਗਿੱਲ ਜੀ, ਕਿ ਜਗਜੀਤ ਸਿੰਘ ਸਾਹਿਬ ਨੇ ਸਾਰੀ ਜ਼ਿੰਦਗੀ ਗਜ਼ਲ ਗਾਈ, ਬਹੁਤ ਜ਼ਬਰਦਸਤ ਗਾਈ, ਉਹਨਾਂ ਦਾ ਸਟਾਈਲ ਪੂਰੀ ਦੁਨੀਆ ਗਾ ਰਹੀ, ਮਹਿਦੀ ਹਸਨ ਖਾਨ ਸਾਹਿਬ ਨੇ, ਗੁਲਾਮ ਅਲੀ ਸਾਹਿਬ ਨੇ, ਔਰ ਵਗੈਰਾ ਵਗੈਰਾ, ਜਿਹੜੇ ਮਤਲਬ ਨਾਮਵਰ ਲੋਕ ਨੇ ਜਿਨ੍ਹਾਂ ਨੇ ਗਜ਼ਲ ਗਾਇਕੀ ਨੂੰ ਗਾਇਆ। ਇਸੇ ਤਰ੍ਹਾਂ ਗਜ਼ਲ ਗਾਇਕੀ ਦੇ ਬਾਰੇ 'ਚ ਇੱਕ ਮੈਨੂੰ ਬੜੀ ਅੱਛੀ, ਕਿਸੇ ਟੀ ਵੀ 'ਤੇ ਗੱਲ ਸੁਣ ਰਿਹਾ ਸੀ ਕਿ ਗਾਲਿਬ ਨੂੰ ਕੁਝ ਉਹਨਾਂ ਦੇ ਦੂਸਰੇ ਸ਼ਾਇਰਾਂ ਨੇ ਕਿਹਾ ਕਿ ਗਾਲਿਬ ਆਪ ਜੋ ਕਲਾਮ ਲਿਖਤੇ ਹੈ ਗਜ਼ਲ ਕਾ, ਵੋ ਕਿਸੀ ਕੇ ਸਮਝ ਮੇ ਨਹੀਂ ਆਤਾ, ਕਿਸੀ ਏਕ ਕੀ ਸਮਝ ਮੇ ਆਤਾ ਹੈ ਔਰ ਕਿਸੀ ਕੇ ਨਹੀਂ ਆਤਾ। ਤੋ ਅੱਗੋਂ ਗਾਲਿਬ ਕੀ ਕਹਿੰਦਾ ਹੈ, ਕਹਿੰਦਾ ਮੀਆਂ ਵੋ ਜੋ ਕਲਾਮ ਕਿਸੀ ਏਕ ਕੋ ਸਮਝ ਆਤਾ ਹੈ ਮੈਂ ਉਸੀ ਕੇ ਲੀਏ ਲਿਖਤਾ ਹੂੰ। ਤੇ ਗਜ਼ਲ ਗਾਇਕੀ ਜਿਹੜੀ ਹੈ ਨਾ, ਦੇਖੋ ਅਸੀਂ ਅਗਰ ਸ਼ੁਰੂ ਕਰੀਏ, ਮੈਨੂੰ ਕਾਫੀ ਲੋਕ ਕਹਿੰਦੇ ਨੇ ਕਿ ਕਰਮ ਤੂੰ ਗਜ਼ਲਾਂ ਵੱਲ, ਮੈਂ ਤੇ ਆਪਣੀ ਸਰ ਪੂਰੀ ਕੋਸ਼ਿਸ਼ ਕਰ ਰਿਹਾ, ਔਰ ਅੱਲਾਹ ਦਾ ਸ਼ੁਕਰ ਹੈ ਕਿ ਪਾਕਿਸਤਾਨ ਤੋਂ ਜਾ ਕੇ ਬਾਹਰ ਮੈਂ ਰੋਇਲ ਐਲਬਰਟ ਹਾਲ 'ਚ ਪਰਫਾਰਮ ਕੀਤਾ, ਮੈਨੂੰ ਇਨਵਾਈਟ ਕੀਤਾ, ਸਾਡੇ ਐਕਸ ਪ੍ਰੈਜ਼ੀਡੈਂਟ ਸਨ ਪ੍ਰਵੀਨ ਮੁਸ਼ਰਫ ਸਾਹਿਬ, ਉਹਨਾਂ ਨੇ ਮੈਨੂੰ ਇਨਵਾਈਟ ਕੀਤਾ, ਅਤੇ ਅਰਥ ਕੋਈ ਕੋਈ ਐਸੀ ਪਾਕਿਸਤਾਨ 'ਚ, ਉਹਦੇ 'ਚ ਫਿਰ ਮੈਂ ਜਾ ਕੇ ਉਹਨਾਂ ਦੇ ਸਿਲਸਿਲੇ, ਪਾਕਿਸਤਾਨ ਦੇ ਦੂਸਰੇ ਆਰਟਿਸਟ ਵੀ ਸਨ, ਮੈਂ ਵੀ ਜਾ ਕੇ ਪਰਫਾਰਮ ਕੀਤਾ, ਅਮਰੀਕਾ 2-3 ਦਫ਼ਾ ਆ ਚੁੱਕੇ ਹਾਂ ਪਰਫਾਰਮ ਕਰਨ ਲਈ। ਪਰ ਗਜ਼ਲ ਦਾ ਬਣਾਉਣ ਲਈ ਸਾਨੂੰ ਪੂਰਾ ਮਾਹੌਲ ਬਣਾਉਣਾ ਪਏਗਾ। ਇਸ ਵੇਲੇ ਕਵਾਲੀ ਮਿਊਜ਼ਿਕ ਜਿਹੜਾ ਰੂਜ 'ਤੇ ਵੇ, ਗਜ਼ਲ ਗਾਇਕੀ ਥੋੜ੍ਹਾ ਨਹੀਂ ਥੱਲੇ ਆ ਗਿਆ, ਕਿਉਂਕਿ ਉਹ ਸੋਚਦੇ ਨੇ ਕਿ ਹੁਣ ਕਹਿੰਦਾ ਗੁਲੋਂ ਮੇ ਰੰਗ ਭਰੇ ਬਾਦਲੋਂ ਬਹਾਰ ਚਲੇ, ਉਹਨਾਂ ਦੇ ਲਈ ਸਕੂਨ ਵੀ ਚਾਹੀਦਾ। ਹੁਣ ਇੱਕ ਜਿਹੜੀ ਕਵਾਲੀ ਦੀ ਬੀਟ, ਉਹ ਚੱਲਦੀ ਬੀਟ, ਘੈਰਵਾ ਲੱਗਾ ਹੈ ਉਹਦੇ 'ਚ, ਤੁਸੀਂ ਇਹ ਬੀਟ ਚੜੇ ਤਾਂ ਬੰਦਾ ਉਹਦੇ ਸੂਫੀ ਕਲਾਮ ਵੀ ਹੁੰਦਾ, ਝੂਮਣਾ ਸ਼ੁਰੂ ਕਰ ਦਿੰਦਾ। ਹੁਣ ਗਜ਼ਲ ਗਾਇਕੀ ਜਿਹੜਾ ਉਹਦੇ 'ਚ ਪੂਰਾ ਦਾ ਪੂਰਾ ਫੋਕਸ ਜਿਹੜਾ ਗਾਇਕੀ ਤੇ ਸ਼ਾਇਰੀ ਤੇ, ਇੱਕ ਇੱਕ ਲਫ਼ਜ਼ ਨੂੰ ਲੈ ਕੇ ਚਲੇ ਵੀ ਆਓ ਕਿ ਗੁਲਸ਼ਨ ਜੀ, ਇੱਕ ਮਿਸਾਲ ਦੇ ਰਿਹਾ, ਉਹ ਕੁਝ 10 ਦਫ਼ਾ ਉਹਨੂੰ ਅੰਦਾਜ਼ ਵਿਖਾ ਰਿਹਾ, ਉਹਦਾ ਕੋਈ 8 ਦਫ਼ਾ ਉਹਦੀ ਲਾਈਨਾਂ ਨੂੰ ਮੁਖਤਲਿਫ ਅੰਦਾਜ਼ ਨਾਲ ਗਾ ਕੇ ਦੱਸ ਰਿਹਾ ਕਿ ਇਸ ਤਰ੍ਹਾਂ ਵੀ ਹੋ ਸਕਦਾ, ਇਸ ਤਰ੍ਹਾਂ ਵੀ ਹੋ ਸਕਦਾ। ਬਿਲਕੁਲ ਸਹੀ ਕਿਹਾ, ਤੇ ਬਹੁਤ ਫਿਊ ਨੇ ਜਿਹੜੇ ਕਿ ਗਜ਼ਲ ਸਿੰਗਰਸ ਹੈਗੇ ਨੇ ਸਾਡੀ ਇੰਡੀਆ 'ਚ ਵੀ ਔਰ ਪਾਕਿਸਤਾਨ ਦੇ ਵਿੱਚ, ਬਹੁਤ ਫਿਊ, ਅਤੇ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਵੀ ਇਹਨੂੰ ਸਟ੍ਰੀਮ ਲੈਵਲ 'ਤੇ ਇਹਨੂੰ ਮਤਲਬ ਪੂਰਾ ਇਹਨੂੰ ਇਹਨੂੰ ਐਕਸਪਲੋਰ ਕਰੋ। ਅੱਛਾ, ਡੋਲੀ ਦੀਦੀ ਨੇ ਫਰਮਾਇਸ਼ ਕੀਤੀ ਹੈ, ਪਹਿਲਾਂ ਲਿਖਿਆ ਕਿ ਹੰਬਲ ਆਰਟਿਸਟ ਕਰਮ ਭਾਈ, ਫਿਰ ਲਿਖਿਆ ਕੁਛ ਸੈਮੀ ਕਲਾਸੀਕਲ ਹੋ ਜਾਏ ਜਬ ਮੂਡ ਬਣੇ ਜੀ। ਜੀ ਮੈਂ ਅਭੀ ਆਪਕੋ ਪੇਸ਼ ਕਰਤਾ ਹੂੰ, ਇਤਨੀ ਜ਼ਬਰਦਸਤ ਉਹਨਾਂ ਨੇ ਫਰਮਾਇਸ਼ ਕੀ। ਅੱਛਾ, ਇਹ ਮਿਸ਼ਰਾ ਖਮਾਚ ਦੀ ਠੁੰਬਰੀ ਦਾ ਬੋਲ ਹੈ, ਜਿਹੜੇ ਮੇਰੇ ਕਜ਼ਨ ਤਾਇਆ ਜ਼ਾਤ ਨੇ ਉਸਤਾਦ ਫਤਿਹ ਅਲੀ ਖਾਨ, ਉਹਨਾਂ ਨੇ ਗਵਾਲੀਅਰ ਕਰਾਣੇ ਵਾਲੇ,
ਉਹਨਾਂ ਨੇ ਗਾਈ ਸੀ ਤੇ ਉਹਨਾਂ ਨੂੰ ਗਵਾਈ ਸੀ ਅਖਤਰ ਹੁਸੈਨ ਅੱਖੀਆਂ ਸਾਹਿਬ, ਬੜੇ ਅੱਛੇ ਮੌਸੀਕਾਰ ਸਨ। ਮੈਡਮ ਨੂਰਜਾਨ ਨੂੰ ਉਹਨਾਂ ਨੇ ਬਹੁਤ ਸਾਰੇ ਗਾਣੇ ਗਵਾਏ ਜੀ। ਉਹਦੇ ਬਾਅਦ ਮੈਂ ਤਾਂ ਵੀਡੀਓ ਰਿਲੀਜ਼ ਕੀਤਾ ਪਾਕਿਸਤਾਨ 'ਚ, ਬਹੁਤ ਲੋਕਾਂ ਨੇ ਪਸੰਦ ਕੀਤਾ, ਔਰ ਠੁੰਬਰੀ ਨੂੰ ਬਹੁਤ ਲੋਕਾਂ ਨੇ ਕਿਹਾ ਕਿ ਬਹੁਤ ਅੱਛੀ ਕਰਮ ਨੇ ਗਾਈ, ਤੇ ਛੋਟੀ ਜਿਹੀ ਕੋਸ਼ਿਸ਼ ਤੁਹਾਡੀ ਨਜ਼ਰ ਹੈ। नगर ढंडोरा पीट दे ए प्रीत न करियो कोई रे, जैसे गुजारो सारे रे रहना, कैसे गुजारू सारी रहना, कैसे गुजारू सारी रहना, तुझ भी संयम है दिनावे, तुझ भी संयम है नींद नावे, कैसे गुजारू सारी रहना, कैसे गुजारू सारी रहना, तुझ संयम है नींद नावे, तुझ संयम है नींद नावे, कैसे गुजारू सारी रहना, कैसे गुजारू सारी रहना। सांवली सूरत न्यारा सपेना, सावली सूरत न्यारा सपेना, सदा वसे तोरे नैना, कैसे गुजारू सारी रे सारी रहना, सारी रहना, सारी रहना, सारी रहना, सारी रहना, कैसे गुजारू सारी रहना। बहुत खूबसूरत, करम जी अगर ऐदा ही गाते रहना ना
ਅਸੀਂ ਤਾਂ ਤੁਹਾਨੂੰ 24 ਘੰਟੇ ਸੁਣੀਏ। ਮੈਨੂੰ ਖੁਦ ਬਹੁਤ ਅੱਛਾ ਲੱਗ ਰਿਹਾ ਹੈ, ਅੱਛੇ ਸੁਣਨ ਵਾਲੇ ਦੇਖੋ ਬਹੁਤ ਘੱਟ ਰਹਿ ਗਏ ਨੇ, ਇਸ ਲਈ ਤਾਂ ਹੱਲਾ ਗੁੱਲਾ ਮਿਊਜ਼ਿਕ ਅਰੂਚ ਤੇ ਪਹੁੰਚ ਗਿਆ। ਬਿਲਕੁਲ ਸਹੀ। ਔਰ ਅੱਛਾ ਮਿਊਜ਼ਿਕ ਸੁਣਨ ਵਾਲੇ ਹੋਣ ਤੇ ਅੱਛੇ ਅੱਛੇ ਆਰਟਿਸਟ ਤੁਸੀਂ ਸੁਣੋਗੇ, ਅੱਛਾ ਅੱਛਾ ਮਿਊਜ਼ਿਕ ਪਹੁੰਚੇਗਾ ਦੂਸਰਿਆਂ ਤੱਕ। ਟਰਸਟ ਮੀ, ਇਹ ਇੱਕ ਜਿਵੇਂ ਤੁਹਾਨੂੰ ਤੁਸੀਂ ਆਪਾਂ ਕਹਿੰਦੇ ਨਾ ਸਪਾ 'ਚ ਚਲ ਜਾਂਦੇ, ਜਿਵੇਂ ਫੀਮੇਲ ਐਜ਼ ਅ ਫੀਮੇਲ ਵਰਜ਼ਨ ਦੱਸਾਂਗੀ, ਸਪਾ 'ਚ ਚਲ ਜਾਂਦੇ ਹਾਂ ਅਤੇ ਮਸਾਜ ਕਰਾਉਂਦੇ ਹਾਂ ਅਤੇ ਰਿਲੈਕਸ ਹੁੰਦੇ ਹਾਂ, ਅਤੇ ਇੱਦਾਂ ਮੈਨੂੰ ਇੱਦਾਂ ਫੀਲ ਹੋ ਰਿਹਾ ਕਿ ਮੈਂ ਇਹ ਸੁਣ ਕੇ ਨਾ ਅਤੇ ਮੈਂ ਰਿਲੈਕਸ ਹੋ ਗਈ ਹਾਂ, ਮੈਨੂੰ ਟੈਨਸ਼ਨ ਖਤਮ ਹੋ ਗਈਆਂ ਨੇ ਕਿ ਸਨੋ ਕੌਣ ਸਾਫ ਕਰੇਗਾ, ਖਾਣਾ ਕੌਣ ਪਕਾਏਗਾ, ਭਾਂਡੇ ਕੌਣ ਮਾਂਜੇਗਾ, ਮੈਨੂੰ ਨਹੀਂ ਕੋਈ ਚਿੰਤਾ ਹੁਣ। ਬਿਲਕੁਲ ਐਸੀ ਤਾਂ ਨਹੀਂ ਹੈ, ਦੇਖੋ ਜੀ ਸੂਰਜ ਹੈ ਜੇ ਉਹ ਦਿਲ ਨੂੰ ਤੁਹਾਨੂੰ ਲੱਗਦਾ ਜਾ ਕੇ, ਔਰ ਮੈਂ ਖੁਦ ਵੀ ਜਦੋਂ ਕਦੀ ਉਦਾਸ ਹੋਣਾ ਤਾਂ ਮੈਂ ਹਾਰਮੋਨੀਅਮ ਲੈ ਕੇ ਬਹਿ ਜਾਂਦਾ, ਇਕੱਲਾ ਇੱਕ ਘੰਟਾ ਗਾਉਂਦਾ ਰਹਿੰਦਾ, ਔਰ ਬਾਸ ਟਾਈਮ ਗਾਉਂਦਾ ਗਾਉਂਦਾ ਰੋ ਵੀ ਪੈਣਾ, ਕੋਈ ਐਸਾ ਸੁਰ ਦਿਲ ਨੂੰ ਲੱਗ ਗਿਆ। ਔਰ ਬੜਾ ਮਤਲਬ ਕੋਈ ਐਸੀ ਬੰਦਿਸ਼ਾਂ ਰਾਗ ਮੇਰੇ ਵਾਲਿਦ ਸਾਹਿਬ ਨੇ ਜਿਹੜੇ ਮੈਨੂੰ ਯਾਦ ਕਰਾਏ, ਤੇ ਉਹ ਕਦੀ ਸੁਣਦਾ ਸੁਣਦਾ ਇੰਝ ਲੱਗਦਾ ਜਿਹੜਾ ਮੇਰੇ ਸਾਹਮਣੇ ਆ ਗਿਆ, ਉਹਨਾਂ ਦਾ ਚਿਹਰਾ ਮੇਰੇ ਸਾਹਮਣੇ ਬਿਲਕੁਲ ਹੁੰਦਾ ਉਹਨਾਂ ਦੀ ਗੱਲਾਂ। ਤੇ ਮਿਊਜ਼ਿਕ ਤੋਂ ਤੁਹਾਨੂੰ ਕਿਸੇ ਅਗਰ ਨਰਮ ਦਿਲ ਸ਼ਖਸ ਹੈ ਨਾ ਤੁਹਾਨੂੰ ਮਿਊਜ਼ਿਕ ਪਸੰਦ ਆਏਗਾ, ਸਖਤ ਦਿਲ ਬੰਦਿਆਂ ਦਾ ਕੰਮ ਨਹੀਂ ਹੈ। ਬਿਲਕੁਲ ਸਹੀ ਗੱਲ, ਬਿਲਕੁਲ ਸਹੀ। ਪੰਡਿਤ ਓਮਕਾਰ ਨਾਥ ਜੀ ਲਿਖ ਰਹੇ ਨੇ, ਕਿਆ ਬਾਤ ਹੈ, ਮਿਹਨਤ ਕੀ ਨਜ਼ਰ ਆ ਰਹੀ ਹੈ, ਬਹੁਤ ਖੂਬ, ਜੈ ਹਿੰਦ ਪੰਡਿਤ ਓਮਕਾਰ ਨਾਥ। ਡੋਲੀ ਦੀਦੀ ਲਿਖ ਰਹੇ ਨੇ, ਉਸਤਾਦ ਫਤਿਹ ਅਲੀ ਖਾਨ ਸਾਹਿਬ ਜੀ ਔਰ ਹਾਮਿਦ ਅਲੀ ਖਾਨ ਸਾਹਿਬ ਰਜਬ ਅਲੀ ਕੇ ਭਾਈ ਹੈ, ਉਨਕੋ ਬਹੁਤ ਸੁਣਾ ਲੰਡਨ ਮੈਂ, ਬਹੁਤ ਕਮਾਲ ਕਲਾਸਿਕਲ ਆਰਟਿਸਟ ਮੇਰੇ ਭਾਈ ਬੋਬੀ ਨੇ ਤਬਲੇ ਪੇ ਸੰਗਤ ਕੀ ਥੀ। ਤਬਲੇ ਪੇ ਸੰਗਮ ਕੀ ਉਸਤਾਦ ਅਲਾ ਰੱਖਾ ਜੀ ਔਰ ਪੰਡਿਤ ਰਵੀ ਸ਼ੰਕਰ ਜੀ ਕੇ ਸਾਹਮਣੇ। ਕਿਆ ਬਾਤ ਹੈ ਦੀਦੀ, ਬਹੁਤ ਜੀ। ਇੱਕ ਮੈਂ ਬੜੀ ਅੱਛੀ ਯਾਦ ਤੁਹਾਡਾ ਸ਼ੇਅਰ ਕਰਾਂਗਾ ਜੀ, ਪਲੀਜ਼। ਕਿ 64 ਦੇ ਵਿੱਚ ਹਿੰਦੁਸਤਾਨ ਨੇ ਕੁਝ ਆਰਟਿਸਟਾਂ ਨੂੰ ਬੁਲਾਇਆ ਸੀ, ਬੜੇ ਗੁਲਾਮ ਅਲੀ ਖਾਨ ਸਾਹਿਬ ਸਨ, ਪੰਡਿਤ ਭੀਮਸੈਨ ਜੋਸ਼ੀ ਜੀ ਔਰ ਪੰਡਿਤ ਓਮਕਾਰ ਨਾਥ ਠਾਕੁਰ ਸਾਹਿਬ ਔਰ ਬਿਸਮਿਲ੍ਲਾ ਖਾਨ ਸ਼ਨਾਈ ਨਵਾਜ਼। ਉਹਨਾਂ 'ਚ ਮੇਰੇ ਵਾਲਿਦ ਸਾਹਿਬ ਦੀ ਏਜ ਸੀ 24 ਸਾਲ, ਮੇਰੇ ਤਾਇਆ ਜੀ ਸਨ ਉਸ ਵੇਲੇ 32 ਸਾਲ ਦੇ। ਇਹਨਾਂ ਨੂੰ ਕਿੱਧਰ ਉਹਨਾਂ ਨੇ ਸੁਣਿਆ ਰੇਡੀਓ 'ਤੇ, ਤਾਂ ਸੁਣ ਕੇ ਫਿਰ ਇਹਨਾਂ ਨੂੰ ਇਨਵੀਟੇਸ਼ਨ ਮਦਨ ਮੋਹਨ ਸਾਹਿਬ ਨੇ ਔਰ ਰਾਜ ਕਪੂਰ ਸਾਹਿਬ ਨੇ ਇਨਵੀਟੇਸ਼ਨ ਦਿੱਤਾ ਅਤੇ ਇਹਨਾਂ ਨੂੰ ਪਾਕਿਸਤਾਨ ਤੋਂ ਬੁਲਾਇਆ ਔਰ ਇਹਨਾਂ ਨੇ 5 ਸ਼ਹਿਰਾਂ 'ਚ ਪਰਫੋਰਮ ਕੀਤਾ, ਜਿਹਦੇ 'ਚ ਬੜੇ ਗੁਲਾਮ ਅਲੀ ਖਾਨ ਸਾਹਿਬ ਵੀ ਸਨ, ਪੰਡਿਤ ਭੀਮਸੈਨ ਜੋਸ਼ੀ ਵੀ ਸਨ, ਔਰ ਉਹਨਾਂ ਨੇ ਇਹ ਲਿਖਿਆ ਕਿ ਇੰਨਾ ਜ਼ਬਰਦਸਤ ਇਹਨਾਂ ਨੇ ਕਲਾਸੀਕਲ ਗਾਇਆ ਉਸਤਾਦ ਅਹਿਮਦ ਅਲੀ ਖਾਨ ਔਰ ਰਹਿਮਤ ਅਲੀ ਖਾਨ ਨੇ, ਕਿ ਹਿੰਦੁਸਤਾਨ ਦੀ ਜਿਹੜੀ ਆਡੀਅੰਸ ਹਾਲ 'ਚ ਮਸਤ ਹੋ ਗਈ, ਇੰਨਾ ਉਹਨਾਂ ਦਾ ਮਸ਼ਾਲਾ ਉਹਨਾਂ ਦੀ ਰਿਆਜ਼ਤ ਸੀ। ਔਰ ਫਿਰ ਦੁਬਾਰਾ ਜਦੋਂ ਵਾਲਿਦ ਸਾਹਿਬ ਮੇਰੇ ਜਿਹੜੇ ਨੇ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਦੁਬਾਰਾ ਗਏ ਨਹੀਂ ਕਿਉਂਕਿ ਇੱਥੇ ਬਹੁਤ ਅੱਛੇ ਸੁਣਨ ਵਾਲੇ ਸਨ? ਕਹਿੰਦੇ ਯਾਰ ਬੁਲਾਇਆ ਨਹੀਂ ਸੀ। ਮੈਂ ਕਿਹਾ ਤੁਹਾਨੂੰ ਮਤਲਬ ਇੰਨੇ ਆਰਟਿਸਟ ਬਗੈਰ ਬੁਲਾਏ ਚਲੇ ਜਾਂਦੇ ਨੇ? ਕਹਿੰਦੇ ਨਹੀਂ, ਜੇ ਬੁਲਾਏ ਦੀ ਇੱਜ਼ਤ ਹੈ, ਜਿਸ ਤਰ੍ਹਾਂ ਮੋਨੀ ਜੀ ਨੇ ਜਾਂ ਗਿੱਲ ਸਾਹਿਬ ਨੇ ਬੁਲਾਇਆ, ਤਾਂ ਇੱਜ਼ਤ ਨਾਲ ਮਜ਼ਾ ਆ ਰਿਹਾ ਗੱਲ ਕਰਨ ਦਾ, ਸੁਣਾਉਣ ਦਾ। ਕਹਿੰਦੇ ਜੇ ਬੁਲਾਏ ਦੀ ਇੱਜ਼ਤ ਹੈ, ਜਾਣ ਦੀ ਇੱਜ਼ਤ ਨਹੀਂ ਹੈ, ਤੂੰ ਜਾਈ ਤਾਂ ਅਗਰ ਬੁਲਾਉਣ। ਮੈਂ ਕਿਹਾ ਇਨਸ਼ਾਅੱਲਾ ਮੈਂ ਜ਼ਰੂਰ ਜਾਵਾਂਗਾ ਅਗਰ ਬੁਲਾਇਆ ਤੇ। ਮੈਂ ਕਿਹਾ ਮੈਂ ਆਪੇ ਵੀ ਚਲੇ ਜਾਵਾਂਗਾ, ਤੇ ਹੱਸਣ ਲੱਗ ਗਏ ਮੇਰੀ ਗੱਲ ਸੁਣ, ਕਿਉਂਕਿ ਅੱਛੇ ਆਰਟਿਸਟਾਂ ਨੂੰ ਇੱਕ ਦੂਸਰੇ ਮੁਲਕਾਂ 'ਚ ਜਾਣਾ ਚਾਹੀਦਾ, ਆਉਣਾ ਚਾਹੀਦਾ। ਉਹਨਾਂ ਦੀ ਕੋਈ ਇੰਗਲੈਂਡ ਜਾਏ, ਜਾਓ ਅਮਰੀਕਾ ਜਾਓ, ਇੰਡੀਆ ਜਾਓ, ਦੁਬਈ ਜਾਓ, ਜਿੱਥੇ ਤੁਹਾਨੂੰ ਅੱਛੇ ਸੁਣਨ ਵਾਲੇ ਮਿਲਣ, ਜ਼ਰੂਰ ਜਾਓ। ਬਿਲਕੁਲ। ਔਰ ਇੱਥੇ ਤੁਸੀਂ ਇੱਕ ਅੱਛੀ ਗੱਲ ਕੀਤੀ ਕਿ ਪੁਰਾਣੇ ਜਿਹੜੇ ਸਾਡੇ ਬਾਲੀਵੁੱਡ ਦੇ ਬਹੁਤ ਅੱਛੇ ਦਿੱਗਜ ਆਰਟਿਸਟ ਹੋਇਆ ਕਰਦੇ ਸੀ, ਉਹ ਸਾਡੇ ਪੜੋਸੀ ਮੁਲਕ ਤੋਂ ਕਹਿ ਲਓ, ਕਿਉਂਕਿ ਆਰਟ ਬਹੁਤ ਹੈ ਸਾਡੇ ਪੜੋਸੀ ਮੁਲਕ, ਯਾਨੀ ਕਿ ਪਾਕਿਸਤਾਨ, ਮਿਊਜ਼ਿਕ ਪੱਖੋਂ ਬਹੁਤ ਜ਼ਿਆਦਾ ਆਰਟ ਹੈ, ਅਤੇ ਮੈਨੂੰ ਲੱਗਦਾ ਸਾਰੇ ਦੇ ਸਾਰੇ ਸਿੰਗਰ ਹੀ ਉੱਥੇ ਚਲੇ ਗਏ ਸੀ ਪਾਰਟੀਸ਼ਨ ਤੋਂ ਬਾਅਦ। ਅਤੇ ਇਹ ਬੜੀ ਇਹ ਬਾਲੀਵੁੱਡ ਦੀ ਮੈਂ ਇੱਕ ਖਾਸੀਅਤ ਕਹਾਂਗੀ ਕਿ ਜਿਹੜੇ ਪੁਰਾਣੇ ਟਾਈਮ ਦੇ ਸਪੈਸ਼ਲੀ ਜਿਹੜੇ ਆਰਟਿਸਟ ਹੋਇਆ ਕਰਦੇ ਸੀ, ਐਕਟਰਸ ਅਤੇ ਜਾਂ ਮਿਊਜ਼ਿਕ ਡਾਇਰੈਕਟਰਸ, ਉਹ ਉਸ ਕੰਟਰੀ ਤੋਂ ਲਿਆ ਕੇ ਆਰਟਿਸਟਾਂ ਨੂੰ ਬਹੁਤ ਜ਼ਿਆਦਾ ਉਹਨਾਂ ਦੇ ਕੌਨਸਰਟਸ ਜਾਂ ਉਹਨਾਂ ਦੀ ਸ਼ੋਅਜ਼ ਕੇ ਕਰਿਆ ਕਰਦੇ ਸੀ। ਅਤੇ ਮੈਂ ਇਹ ਜ਼ਰੂਰ ਚਾਹਾਂਗੀ ਕਿ ਜਿਹੜੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਵੀ ਸਾਡੇ ਬਹੁਤ ਅੱਛੇ ਟੌਪ ਦੇ ਐਕਟਰਸ ਨੇ, ਕਿ ਇਹ ਚੀਜ਼ ਨੂੰ ਬਰਕਰਾਰ ਰੱਖਣ, ਕਿਉਂਕਿ ਇਹ ਚੀਜ਼ ਤੋਂ ਅਸੀਂ ਲੈਕ ਹੋ ਰਹੇ ਹਾਂ, ਇਹ ਚੀਜ਼ ਘੱਟ ਗਈ ਹੈ, ਅਤੇ ਇਸੇ ਕਰਕੇ ਮੌਸੀਕੀ ਵੀ ਘੱਟ ਰਹੀ ਹੈ, ਅੱਛੀ ਮੌਸੀਕੀ। ਵੇਖੋ ਨਾ ਤੁਸੀਂ, ਤੁਹਾਡੇ ਮੁਨੀ ਜੀ ਪਹਿਲੇ ਜਿਹੜੇ ਐਕਟਰ ਸਨ ਉਹ ਪਾਕਿਸਤਾਨ ਦੇ ਹੋਣੀ, ਹਿੰਦੁਸਤਾਨ ਦੇ ਹੋਣ, ਉਹ ਕਲਾਸੀਕਲ ਦੀਆਂ ਮਹਿਫਲਾਂ ਸੁਣ, ਰਾਜ ਕਪੂਰ ਸਾਹਿਬ ਸਨ, ਮਦਨ ਮੋਹਨ ਸਾਹਿਬ ਸਨ, ਕਲਿਆਣ ਜੀ, ਆਨੰਦ ਜੀ, ਸ਼ੰਕਰ ਜੈ ਕਿਸ਼ਨ ਸਾਹਿਬ ਔਰ ਹੋਰ ਵੀ ਦੂਸਰੇ ਪਾਕਿਸਤਾਨ ਦੇ ਵਿੱਚ, ਅਖਤਰ ਹੁਸੈਨ ਅਖੀਆ ਸਾਹਿਬ, ਮਾਸਟਰ ਅਨਾਇਤ ਸਾਹਿਬ, ਮਾਸਟਰ ਅਬਦੁੱਲਾ ਸਾਹਿਬ, ਰਸ਼ੀਦ ਅਤਰੇ ਸਾਹਿਬ, ਖੁਰਸ਼ੀਦ ਅਨਵਰ ਸਾਹਿਬ, ਇਹ ਸਾਰੇ ਗਵੱਈਆਂ ਦੇ ਦੋਸਤ ਸਨ, ਇਸ ਲਈ ਤਾਂ ਅੱਛੀ ਅੱਛੀ ਕੰਪੋਜੀਸ਼ਨਾਂ ਕਰਦੇ ਸਨ। ਅੱਜ ਅਸੀਂ ਇਹ ਸੋਚ ਰਹੇ ਹਾਂ ਕਿ ਨਵਾਂ ਕਾਰਡ ਕਿਹੜਾ ਆਇਆ, ਨਵਾਂ ਕਾਰਡਸ ਕਿਹੜੇ ਨੇ, ਉਹਨਾਂ 'ਚ ਗਾਣਾ ਬੀਟਸ ਕਿਹੜੀ ਨਵੀਂ ਆ ਰਹੀਆਂ ਨੇ, ਕਿਉਂਕਿ ਉਹਨਾਂ ਦਾ ਆਪਸ 'ਚ ਰਾਬਤਾ ਨਹੀਂ ਰਿਹਾ ਅੱਛੇ ਮਿਊਜ਼ਿਕ ਨਾਲ ਰਾਬਤਾ। ਉਹ ਇਸ ਵਕਤ ਉਹ ਕੀ ਕਰਦੇ ਨੇ, ਕਾਰਡ ਵਜਾਇਆ ਵਜਾਇਆ ਗਾਣਾ ਕੰਪੋਜ਼ ਕਰ ਦਿੱਤਾ, ਉਹ ਗਾਣਾ 6 ਮਹੀਨੇ 8 ਮਹੀਨੇ ਬਾਅਦ ਖਤਮ ਹੋ ਜਾਂਦਾ। ਮੇਰੇ ਅੱਬੂ ਵਾਲਿਦ ਸਾਹਿਬ ਮੈਨੂੰ ਦੱਸਦੇ ਸਨ, ਕਹਿੰਦੇ ਮਦਨ ਮੋਹਨ ਸਾਹਿਬ ਨੇ ਮੇਰੇ ਵਾਸਤੇ ਇੱਕ ਤਾਂ ਆਪਣੇ ਘਰ ਠਹਿਰਾਇਆ ਉਹਨਾਂ ਨੇ,
फिर उन्होंने मेरे वाले साहब ने कहा कि असीं अमृतसर जाना चाहते हैं अपना पुराना आबाई घर वेखण लई। उन्होंने बकायदा वीजा करवा के दोवां भरावां नूं भेजिया, नाल अपने बंदे भेजे, इन्नी इज्जत की। फिर जाके उन्होंने वापस आए, फिर उन्हें पूरा जो आर के स्टूडियो सारा फरा रहे हैं, नाल लैके जा रहे हैं। अहमद अली खान साहब आए हैं जी, रहमत अली खान साहब पाकिस्तान चो, बड़ा मुहब्बत है, बड़े प्यार आपस एक दूसरे न। तो उन्होंने वाले साहब की मैं एक बंदिश जी मैं इस वे मैं अपने सुनने वाले सुना चाहूँगा, बड़ी अनमोल जी चीज़ जरूर। मैं क्या प्लेटफॉर्म तो लोगों तक जानी चाहिए। करण जी एक मैं एक और गल कहना चाहवागी, तुम अगर दूसरा वाला कन चो अपने कड़ना तो कड़ लो, ताकि अपने आप अपनी आवाज़ सुनाई दे, ताकि अपने आप सुन पाओ। सुबह तक आके गॉड सारा जी, और मेरे जो साढ़े पड़दादा ने खास बन्ने खां उन्होंने कंपोजिशन ने, क्योंकि शगिर्द असी ग्वालियर के सा, ग्वालियर तराना तालुक से उन्होंने शगिर्द होए, और कोई उस जमाने च साढ़े बुजुर्ग क्लासिकल गा रहे सन, ते उन्होंने कंपोजिशन ने खास बन्ने खां की। क्या बात। गिरे सारे नीजा गिरे माले पार, गिरे सारे नीजा गिरे मागे पार, सनी दब मगेरे पाम, मगेरे सारे नीजा गिरे मागे पार। ਇਹਦੇ ਵਿੱਚ ਹੀ ਮੈਂ ਇੱਕ ਗਜ਼ਲ ਕੰਪੋਜ਼ ਕੀਤੀ ਆਪਣੀ ਐਸੇ ਰਾਗ ਵਿੱਚ। ਤੁਝ ਬਿਨ ਘਰ ਇਤਨਾ ਸੋਨਾ ਥਾ, ਤੁਝ ਬਿਨ ਘਰ ਕਿਤਨਾ ਸੋਨਾ ਥਾ, ਤੁਝ ਬਿਨ ਘਰ ਕਿਤਨਾ ਸੋਨਾ ਥਾ, ਦੀਵਾਰੋਂ ਸੇ ਡਰ
लगता तुझे घर कितना सोना था, दीवारों से डर लगता तुझ बिन घर कितना सोना था, तुझको जाने कि जल्दी थी, तुझको हो जाने की जल्दी थी और मैं तुझे को रोक रहा था, तुझे बिन घर कितना सोना था, दीवारों से डर लगता था, तुझे बिन घर कितना क्या बात है। बहुत बहुत शुक्रिया। लव्स कई बार ना होता कि लव्स नहीं रहते कि मैं तारीफ करिए, और बहुत बहुत शुक्रिया। आई एम ग्लैड कि मैं बड़ा खुशकिस्मत समझना अपने आप नू कि मेरी जिंदगी च मैंने मौका मिला कि मैं तोडे के आर्टिस्ट में सुन पाया अपनी लाइफ च। सर बहुत बहुत गिल साहब शुक्रिया, खुश रहो तुसी और तोडे नाल बैठ के मैं बहुत अच्छा लग्या। यकीन करो कि एक है लॉकडाउन ते कोरोना वायरस ने लोकां नूं बंद कर करके घरां च वैसे बोर कर दिता है, इस तरह बह के आमने सामने अच्छा म्यूजिक कर रहे हैं, म्यूजिक ते गल कर रहे हैं, बहुत जबरदस्त तुहाडे वल्लों भी ए तुहाडे देश जिहड़ा तो जिथे तुसीं रह रहे हो उहनां दे लोकां वी सरप्राइज़ है, बहुत वड्डा। थैंक यू जी। पता है म्यूजिक ए लोक कित्थे रहे ने, ना इहो जिहियां चीज़ां रहियां। या असल च ना जदों ऐसा म्यूजिक जदों सुनने आ ना फिर कई बार महाराज का शुक्र भी करने के अच्छा हो गया असं गाने बजाने वाले पास नहीं पे किसी अच्छा नहीं कहना। एग्जैक्टली। और इतने मैं करम जी एक गल कहांगी तुहाडे लई, बहुत क्लैरिटी है तुहाडे सुरां दे विच, एक एक रादा लेंदे हो ते वो बड़ा क्लीयर है और उहदे च रश नहीं करदे, मतलब काली नहीं करदे कि मैं फटाफट रादा खत्म करा ते दूजा विच पावां। तुसीं पहला जिहड़ा रादा लेंदे हो ते उहनूं कंप्लीट करदे हो फिर दूसरा फड़दे हो, बहुत क्लैरिटी है तुहाडे सुरां दे विच, बहुत क्लैरिटी है। और मैं बहुत सारे सिंगर होर भी वेखदी हां जिहड़े कि बड़ी काली 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 पा के गाउंदे है, लेकिन सुकून दी गायकी है। और गज़ल आई थिंक उहनां वास्ते है कि जिहड़े सुकून चाहुंदे है और जिहड़ा ठहराव चाहते हैं, क्योंकि वो बड़ा ठहराव और सुकूनीयत मिलती है इस तरह की गायकी जदों असीं सुनते हैं, तुहाडे वर्गे आर्टिस्ट असीं सुनते हैं। तो वैसे अगर सुकून की गायकी तो ठीक है, लेकिन अगर फिल्मी गाणियां दी अगर गल कीती जावे उहदे च कोई फनकार तुहानूं पसंद है, कोई संगीतकार, कोई म्यूजिक डायरेक्टर? मैनूं बिल्कुल प्लेबैक दे विच मैनूं रफ़ी साहब, मुहम्मद रफ़ी साहब, किशोर कुमार तुहाडे, मुकेश साहब जी, मेहदी हसन खान साहब, जगजीत साहब, ਇਹ ਸਾਰੇ ਲੋਕ। ਮੈਂ ਇੱਕ ਤੁਹਾਨੂੰ ਫਿਲਮੀ ਗਾਣਾ ਵੀ ਇਹਨਾਂ ਤੋਂ ਸੁਣਾਵਾਂਗਾ। ਪਲੀਜ਼। ਮੈਂ ਘਰ 'ਚ ਵੀ ਮਤਲਬ ਫਿਲਮੀ ਗਾਣੇ ਗਾਉਣਾ ਕਦੀ ਕਦਾਰ ਇਹ ਗੱਲ ਨਹੀਂ। ਅਤੇ ਇੱਕ ਮੈਂ ਕਿਸ਼ੋਰ ਦਾ ਗਾਣਾ। ਹਾਂ ਸ਼ੋਰ ਜੀ। कब हुआ, क्यों हुआ, जब हुआ, तब हुआ, ओ छोड़ो ये ना सोचो। क्या हुआ, कैसे हुआ, कब हुआ, क्यों हुआ, जब हुआ, कब हुआ, वो छोड़ो ये ना सोचो। कब हुआ,
हम क्यों शिकवा कर झूठा, क्या हुआ जो दिल टूटा, क्यों शिकवा कर झूठा, क्या हुआ जो दिल टूटा, शीशे का खिलौना था, कुछ ना कुछ तो ना था, हुआ ये क्या हुआ। अच्छा अंतरिच वेखो तुसी जी, थोड़ा जा चेंज करने की कोशिश, मतलब अपने वाले लगे कि बंदा शौकिया, मतलब कभी गाना पहनता ना बंदे नु गाना, क्यों लगे कि नहीं बंदा कुछ अपने पर भी कर रहे कोशिश कर सकता है। जी जी हम क्यों शिकवा कर झूठा, क्या हुआ जो दिल टूटा, हम क्यों शिकवा कर झूठा, क्या हुआ जो दिल टूटा, शीशे का खिलौना था, कुछ न कुछ तो न था, ये क्या हुआ, कैसे हुआ, कब हुआ, क्यों हुआ, जब हुआ, कब हुआ, ओ छोड़ो ये ना सोचो। क्लासिकल गजल ख्याल जिहड़ा तुसी गाया और सिंपल मूवी सॉन्ग, इट्स नॉट सिंपल, किशोर नू गाना सिंपल नहीं है, एक एक सुर जरा ठहरा रोक के जरा जांदा ना, हर बंदा नहीं कर सकदा एक गाना, पर बड़े बड़े लोग सन और पूरी दुनिया उन्हां नू ए जिन्हां दे मैं नाम लै रहे हैं, असी ते स्कूल जमाने च इन्हां दे गाने सुनने सन और मैं मेहती साहब नाल मेरा इत्तेफाक होया, उन्हां दा इंटरव्यू जिस तरह तुसी मेरे नाल गल कर रहे हो, टेलीविजन वाले ने मैंने भेजता उन्हां दा इंटरव्यू करन लई, ते मैं कोई चौथा सवाल कीता ते मैंने कहंदे मियां किनके बेटे हो, तो मैं बड़ा हैरान होया, उस वेलो गल कर रहे सन बीमार सन, जरा मियाँ किन के बेटे हो, तो मैं क्या खान साहब मैं आपसे ये कहता नहीं, ये सवाल जो तुमने मुझसे किए हैं ये कोई इंटरव्यू करने वाला बंदा नहीं करता है, तुम किसी घराने के लड़के हो, किसके बच्चे हो, बोलो अपने बाप। अच्छा गुलाम अली साहब ना मुलाकात, फिर फरीदा खानम जी नाल और जड़े जड़े अच्छे अच्छे आर्टिस्ट हैं, और सब नाल ऐसा सिलसिला रहा कि सब मन प्यार कर देने, शायद मेरे वालिद ने मैनू यह दसिया कि बुजुर्गों ने किस तरह मिली है, दोस्तों ने किस तरह गल करी थी, बच्चों ने किस तरह रखी। अच्छा एक रफी साहब का मैं तुम्हें थोड़ी जी दो लाइना सुना दा, अगर टाइम है। नहीं नहीं पूरा टाइम है, पूरा टाइम है सर। मुबारक जश्न दोस्ती का
दामन तो थामा आपने किसी का, चलिए मुबारक जश्न दोस्ती का, दामन तो थामा आपने किसी का, दामन तो थामा आपने किसी का, ओ हमें तो खुशी यही है तुम्हें भी किसी को अपना कहने की रात आई, दिल जो न कह सका वो ही राज दिल कहने की रात आई, दिल जो न कह सका। क्या बात है सर, पहला तुसी किशोर कुमार नू गाया और किशोर कुमार जी माहिर सिगे अपने काम दे, जिथे उन्होंने जे कोई सैड सोंग गाया तो ऐसा गाया कि अखा ते विच हंजू ले आते ने, और जदों कोई शरारती सोंग गाया तो ऐसा गाया कि लोग छाला मार पे ने ते, और हालांकि ही वॉज अ क्लासिकल ट्रेंड सिंगर बेसिकली, वो क्लासिकली ट्रेंड सिगे ते यही रीज़न है कि उन्होंने बेस इन्ना स्ट्रोंग सिगा, और जो किशोर कुमार जी ने ठहर के गाया बन के गाया वो अज तक वो मिसाल है, ऐसे ऐसे गायक दे विचों किशोर दा दा नाम हमेशा जिंदा रहेगा। और उस तो बाद तुसी मोहम्मद रफ़ी जी नू मैनू तो थोड़ी आवाज़ प्लेबैक सिंगर की आवाज़ लगी, मतलब जिवें कोई म्यूजिक मैनू लगे कोई कोई एक्टर दे उत्ते अगर पूरी सूट कर दी वॉइस। मैं एक होर चीज़ पुछूंगा कि नवे सिंगर इस टाइम जो गा रहे हैं बॉलीवुड के, उन्हें जो तुम्हें कोई पसंद है नवे न्यू जनरेशन जो नवे सिंगर च सोनू निगम भी, मतलब रफ़ी साहब तो बाद जो आए ने उदित नारायण साहब ने, और जी है अरिजीत सिंह जड़े ने जी, अरिजीत सिंह जी ये भी बहुत अच्छा गा रहे हैं। अच्छा ए मैनू काफ़ी लोगों ने कहा कि जी थोड़ा इतने पाकिस्तानी ड्रामिया के बिलकुल सही कह रहे हो। अच्छा और दूसरा इतने जो लोग कर रहे हैं ड्रामे च गाने या जो ओएसटी होंगे ने, तो मैं किसी ने कहा अजीब अजीब लोग गा रहे तुम क्यों नहीं गा रहे, मैं क्या इसलिए कि जो जिहड़े अजकल दे अरेंजर ने जिहड़ा म्यूजिक अरेंज करते हैं या म्यूजिक कंपोज करते हैं वो कहते हैं करम अब्बास खान क्यों बुलाइए असी आप ना गा ली। हुण गिल साहब ने म्यूजिक कंपोज किया है तो ड्रामा बहुत वड्डा है, गिल साहब ने पहले सोचा कि थोड़ा बहुत तो मैं भी गा ही लैंदा, करम अब्बास नू बुला दी जरूरत मैं ही गा दा, ऑटो ट्यून कर लूंगा, ये बहुत ज्यादा हो गया। अच्छा जिन्होंने किशोर कुमार नू गवाया, जिन्होंने मेहदी हसन नू गवाया, जिन्होंने गुलाम अली साहब नू गवाया, जिन्होंने फरीदा खान, उन्होंने ये नहीं सोचा सी, जिन्होंने रफी साहब ਨੂੰ ਗਾਇਆ ਉਹਨਾਂ ਨੇ ਸੋਚਿਆ ਸੀ ਸਾਡਾ ਗਾਣਾ ਇਹ ਅੱਛਾ ਗਾਏਗਾ, ਐਗਜ਼ੈਕਟਲੀ ਸਾਡਾ ਗਾਣਾ ਇਹ ਗਾਏਗਾ ਤਾਂ ਹਿੱਟ ਹੋ ਜਾਵੇ, ਮੈਂ ਵੀ ਨਹੀਂ ਸੋਚ ਰਿਹਾ ਸਰ ਐਸੀ ਕੋਈ ਮੈਂ ਵੀ ਨਹੀਂ ਸੋਚ ਰਿਹਾ ਤੁਸੀਂ ਗਿਲ ਸਾਹਿਬ ਦਾ ਨਾਮ ਲਿਆ ਨਾ, ਮੈਂ ਤੁਹਾਡਾ ਕਿਉਂਕਿ ਮੈਂ ਅਗਰ ਉਹਦਾ ਨਾਮ ਲਵਾਂਗਾ ਨਾ ਗਿਲ ਸਾਹਿਬ, ਮੈਂ ਉਹਨਾਂ ਦਾ ਨਾਮ ਲਾਂਗਾ ਤਾਂ ਬੁਰਾ ਮਨਾ ਜਾਊਗਾ, ਮੈਂ ਕਿਹਾ ਉਹਨਾਂ ਨੂੰ ਉਹ ਕਹਿੰਦੇ ਨੇ ਅਸ਼ਾਰ ਮੇਰੇ ਯੂੰ ਤੋਂ ਜ਼ਮਾਨੇ ਕੇ ਲੀਏ ਹੈ, ਅਸ਼ਾਰ ਮੇਰੇ ਯੂੰ ਤੋਂ ਜ਼ਮਾਨੇ ਕੇ ਲੀਏ ਹੈ, ਕੁਛ ਸ਼ੇਰ ਫਕਤ ਉਨਕੋ ਸੁਣਾਨੇ ਕੇ ਲੀਏ। देखो जी जो उन्हो है ना उन्हो ध्यान से सुन लो ते ओके आप ही गाई जा रहे हैं सारा कुछ। हां जी ते अपना नवे जनरेशन दे किसी सिंगर दा कोई दो लाइना याद कुछ है नवा कोई सॉन्ग जेड़े तन्नू दिल कर गया हो, दिल सोनू अरिजीत जेड़ा मर्जी सिंगर कुछ भी फिल्मी सॉन्ग। असल में अच्छा मैं एदी जगह अगर तुम मैदी साहब का एक फिल्म प्लेबैक सुना देना, क्योंकि मैं नवी फिल्म के गाने मैं कभी गाता किसी ने फरमाइश भी नहीं कभी की थी। रीजन मैं तुम्हें रीजन दस मैं रीजन इस करके कह रहा सीगा कि मैं थोड़े सारा कुछ सुनया ना तुसी क्रिकेट खेडते रहे हो राइट बचपन च देखते रहे हो तो क्रिकेट च कई होंगे ने बैट्समैन कई होंगे ने बॉलर एक खिडारी टीम च होंगे जिन्होंने ऑलराउंडर कहते समझ लो कि अंदर है एक नई एनर्जी
एक नवी सोच पैदा करता है क्योंकि असी मेहनत थोड़े वास ही की है, असी इन्होंने रियाज कि वास्ती किया, थोड़े वास्ते किया ना कि तुम पसंद करो लोगों सुनाओ, असी अपने कले वास्ते तो नहीं किया अगर असी गा रहे हैं और तुम इन अगे दुनिया तक पहुँचा रहे हो क्योंकि तुम सही बेहतर जज हो। कभी मैं समझना कि एक गाने वाला दूसरे गाने वाले अगे पेश हो नहीं दिता, कोशिश करता अगर मेरी सीट है तो मैं ही इतने बुढ़ा हो जाऊँ, मैं इतों दुनिया तो चलिया, मैं इन्हू नहीं मौका देना। वो किहड़े लोग सन कि जे अच्छी सोच रखते सन, जे कहते सन नहीं यार कि अच्छा यार जबरदस्त आर्ट यार इन अगे लियाओ जी, ऐसे लिए तो वे वे लोगों के नाम होए उन्होंने सोच भी कि अगे लैके जाइए, वो ये नहीं कहते सन असं क्यों अगे बधाइए अभी गल क्यों अगे करिए तारीफ क्यों करिए। अच्छा मेरे जिन्हें दोस्त ने भावे पाकिस्तान के ने दुबई च ने इंडिया च ने अमरीका च ने उन्हें जड़े ने हर कम्यूनिटी के लोग ने वह कहें यार तू दिल का बहुत साफ आदमी, कोई अच्छा गा रहे वाह 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 क्या अरे जबरदस्त, कोई क्लासीकल सुनाएगा ना मैं खातून इंडिया तो होनी है अमरीका तो होनी है दुबई, अरे क्या कहने बहुत अच्छे, तो कहते आप तो दिल में नहीं रखते आप, नहीं नहीं आपने बहुत अच्छा गाया ये वाला, तो इस चीज़ को कहते कि कई आर्टिस्ट हैं जो दिल च दबा लेंगे, मैं क्या मैं क्यों दबाव ये गुनाहगार हूँ रहा कि नहीं भाई नहीं, मैं अगर कोई अच्छा कोई गा रहा है कोई अच्छी चीज़ तो मैं जरूर उन्हें अप्रीशिएट जाके कहा बहुत जबरदस्त गाया तू यार बहुत ही मजा आया, यही ट्रू आर्टिस्ट की निशानी है सर, यही निशानी है ट्रू आर्टिस्ट की, दिल च नहीं रखनी चाहिए जी। ते लो जी हुन हो जाए मेहंदी खान साहब, मेहंदी सुन दी जी पाकिस्तानी फिल्म का मेहंदी साहब का गाना सी प्लेबैक का दिल में तूफान छुपाए बैठा हूँ ये न समझो कि मुझको प्यार नहीं, दिल में तूफान छुपाए बैठा हूँ ये न समझो कि मुझको प्यार नहीं, तुम जो आए हो मेरी दुनिया में अब किसी का भी इंतजार नहीं, दिल में तूफान छुपाए बैठा हूँ ये न समझो कि मुझको प्यार नहीं, तुम जो आए हो मेरी दुनिया में अब किसी का भी इंतजार नहीं, दिल में तूफान छुपाए बैठा हूँ ये ना समझो कि मुझको प्यार नहीं। तुम जो आओ तो भूल खिलते हैं, तुम जो आओ तो भूल खिलते हैं, मौसमों के सुराग मिलते हैं, अपनी जुल्फे जो तुम न बिखराओ कोई भी मौसम बहार नहीं, दिल में तूफान छुपाए बैठा हूँ ये न समझो कि मुझको प्यार नहीं, मेरे किस्मत के तुम सितारे हो, मेरे किस्मत के तुम सितारे हो, जिंदगी से भी मुझको प्यारे हो, सामने तू ना हो तो मर जाऊं बिन तुम्हारे मुझे करार नहीं, दिल में तूफान छुपाए बैठा हूँ ये न समझो कि मुझको प्यार नहीं। क्या बात, क्या बात, ब्यूटीफुल कुलदीप, एक तो कमेंट भी पाल देना। कौर सिंह लिख रही ब्यूटीफुल वॉइस, बॉब सिंह लिख रहे क्या बात करम जी, ए ट्रू आर्टिस्ट और पर्सन ऑलवेज शेयर्स, एजाज हुसैन लिख रहे वाह क्या बात है दिल में तूफान छुपाए बैठे हो, ते
एजाज हुसैन लेकिन बहुत अच्छी आवाज़ है, अल्लाह आपको सलामत रखे। ये सऊदी अरेबिया तो ने एजाज हुसैन, क्या बात है माशाल्लाह, बहुत 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 सारे जो जो भी कमेंट लिखते हैं बहुत बहुत है दिल से शुक्रिया, क्योंकि आर्टिस्ट आप ही के लिए है जिहड़ा फनकार गा रहा, और साडा टीवी चैनल भी साडे अपने वास्ते नहीं है कि असीं आप ही देख रहे हैं, ये ऑडियंस वास्ते। ते मैं हमेशा ये गल कहना कि आर्टिस्ट जिहड़ा है ना वो पैसे नालो दुआ दा भुखा, और तारीफ जो वो कर रहा है उहदे काम दी प्रेज प्रेज के वो उहनूं जदों मिलदी है ना ते वो बहुत ही अप्रीशिएट करदा है और अगे होर मेहनत करता है, और अच्छा काम करता है। यू नो ऑडियंस अगर सुरीली होवे तो तोड़ा भी दिल करता है कि कुछ सुनावा। सो थैंक यू अगेन सारे जो तुसी कमेंट लिखते हो, अगर तुसी सारे साडे चैनल ते नवे हो तो डू लाइक आवर पेज फेसबुक दा, और सर दा भी करम आबाज जी दा भी पेज ते इन्हां नूं फॉलो करो, क्योंकि मैं इन्हां नूं सोशल मीडिया ते ही देखिया सी गांदे होए ते मैनूं बहुत ही अच्छा लग्या सी। तुसी दस्सिया ते तोडे बेटे नूं सिखा रहे हो ते उहदे नाल वी कोई एल्बम वगैरह लै के आ रहे हो कोई? बेटा छोटे ने हले सर, मेरे मेरे छोटे भाई ने वसीम अब्बास खान, अच्छा, और माशाल्लाह बहुत ही अच्छा गांदे ने ओ ने, और नाल मेरे बेटे अहमद अली खान जिहड़े 17 साल उन्होंने एज है, अच्छा, और उन्होंने शुरू किया है, और ओदा ज्यादा ध्यान क्लासिकल म्यूजिक वाले, तो मैं उन्होंने कहूंगा कि यार अहमद उस क्लासिकल म्यूजिक तो हट के ना गजल के, कहता पापा मुझे क्लासिकल म्यूजिक पसंद है, उर्दू बोलता मैं पंजाबी बोलना, अच्छा फिर कभी कभी पंजाबी च भी आ जाना, मैं कहना यार तू पंजाबी तो बोल की कहना ठीक है मैं समझ रहा थोड़ी गल, अच्छा बचपन तो ऐसी कि जरा उर्दू एक कौमी जुबान है उन्होंने आनी चाहिए, पर वो बहुत ज्यादा घर दे विच फिर उर्दू बोलता, पर हुण आके ना थोड़ा जिहा मैं कहा यार थोड़ा पंजाबी बोलिया कर, ऐ वेख कि गाना भी पैंदा बंदे नूं पंजाबी। अच्छा मैं कहना जाते जाते मेरा एक गाना मुकेश साहब नूं मैं जरूर गाना, वरना ना इंसाफी होगी। जी जी बिल्कुल, हाले मैं तुहानूं इदां नहीं जान देना, मैं तुहाडे तों एक कवाली भी सुननी है। अच्छा ए वह गाने ने पुराने जिहड़े मैनूं बहुत पसंद ने, जिहड़े मैं शोज़ विच जाके गाना वी, पहाड़ी विच गाना जी, और कहीं दूर जब दिन ढल जाए सांझ की दुल्हन बदन चुराए चुप किसे आए मेरे ख्यालों के आंगन कोई सपनों के दीप जलाए दीप जलाए कहीं दूर जब दिन ढल जाए दुल्हन बदन चुराए किसे मेरे ख्यालों के आंगन कोई सपनों के दीप जलाए दीप जलाए कहीं दूर जब दिन ढल जाए कभी यूं ही जब हुई बोझल सांसें भरे यार बैठे बैठे जब यूं ही आंखें कभी यूं ही जब हुई बोझल सांसें हरे आई बैठे बैठे जब यूं ही कभी न चलते प्यार से चलते छुए कोई मुझे पर नजर ना आए नजर ना आए कहीं दूर जब दिन ढल जाए बदन चुराए चुप किसे मेरे ख्यालों के आंगन कोई सपनों के दीप जलाए कहीं दूर जब दिन वेरी नाइस और मैनूं लगदा तुहानूं पता कि मैं मेरी आवाज़ दे विच की सूट करदा है ते तुसीं ओही गाने पिक कर सिलेक्शन बहुत
ਕਮਾਲ ਦੀ ਪਿਕ ਤੁਹਾਡੀ ਜੀ। ਅੱਛਾ ਵੈਸੇ ਕਦੀ ਕੋਈ ਕਵਾਲੀ ਕਵਾਲੀ ਟ੍ਰਾਈ ਕੀਤੀ ਹੈ ਕਦੀ ਕੋਈ? ਅੱਛਾ ਕਵਾਲੀਆਂ ਕਦੀ ਕਦੀ ਫਰਮਾਇਸ਼ ਆ ਜਾਂਦੀ ਹੈ, ਪਰ ਇਸ ਵੇਲੇ ਜਿਹੜਾ ਸਾਡਾ ਚੱਲ ਰਿਹਾ ਸ਼ੋ ਉਹਦੇ ਚ ਜਾਂ ਤਾਂ ਕਵਾਲੀ ਸਟਾਰਟ ਚ ਕਰਦੇ ਜਾਂ ਕਵਾਲੀ ਤੋਂ ਬਾਅਦ ਐਂਡ ਜਾਂ ਐਂਡ ਕਰਦੇ ਤੇ ਕਵਾਲੀ ਦਾ ਬਹੁਤ ਸੂਫੀਜ਼ਮ ਉਹਦੇ ਚ ਬਹੁਤ ਜ਼ਿਆਦਾ ਹੁੰਦਾ ਤੇ ਉਹਦੀ ਜਗ੍ਹਾ ਮੈਂ ਤੁਹਾਨੂੰ ਕੋਈ ਦੂਸਰੀ ਕੋਈ ਚੀਜ਼ ਸੁਣਾ ਕੇ। No problem, sir. ਤੇ ਵੈਸੇ ਹੁਣ ਅੱਜ ਕੱਲ ਦੇ ਟਾਈਮ ਦੇ ਵਿੱਚ ਤੁਸੀਂ ਹੋਰ ਕੀ ਕੀ ਕਰ ਰਹੇ, ਕੋਈ ਆਉਣ ਵਾਲੇ ਪ੍ਰੋਜੈਕਟਸ ਹੈਗੇ ਨੇ? ਮੇਰਾ ਮੋਨੀ ਜੀ ਥੋੜਾ ਜਿਹਾ ਖਿਆਲ ਜਿਹੜਾ ਗਜ਼ਲ ਗਾਇਕੀ ਵੱਲ ਹੈ, ਮੈਨੂੰ ਕਈ ਐਸੇ ਦੋਸਤ ਨੇ ਜਿਹੜੇ ਕਹਿੰਦੇ ਨੇ ਯਾਰ ਤੇਰੇ ਕੋਲ ਵੱਡੀ ਉਮਰ ਦੇ ਬੰਦੇ ਵੀ ਸਟੇਜ ਤੇ ਮਾਈਕ ਲੈ ਕੇ ਗਾ ਰਹੇ ਨੇ ਤੇ ਤੂੰ ਵਾਜਾ ਫੜ ਕੇ ਗਾ ਰਹੇ। ਹਾਂਜੀ, ਵਾਜਾ ਛੱਡ ਦੇ, ਵਾਜਾ ਫੜੀ ਰੱਖੇਗਾ ਤੇ ਬੜਾ ਮੁਸ਼ਕਿਲ ਹੈ ਰਸਤਾ। ਵਾਜੇ ਨਾਲ ਗਾਣ ਵਾਲੇ ਨੂੰ ਥੋੜਾ ਜਿਹਾ ਸਮੇਂ ਸਲੋ ਹੈ, ਸਲੋ ਨਹੀਂ, ਮੈਂ ਤੇ ਸੁਰੀਲਾ ਗਾਣਾ ਗਾਣਾ ਚਾਹੁੰਦਾ, ਮੈਂ ਅੱਛਾ ਗਾਣਾ ਗਾਣਾ ਚਾਹੁੰਦਾ, ਮੈਂ ਉਹ ਮਿਊਜ਼ਿਕ ਗਾਣਾ ਚਾਹੁੰਦਾ ਜਿਹੜਾ ਲੋਕਾਂ ਨੂੰ ਪਸੰਦ ਆਵੇ, ਜਿਹੜਾ ਮੈਨੂੰ ਹਮੇਸ਼ਾ ਯਾਦ ਰੱਖਣ। ਉਹ ਕਹਿੰਦੇ ਨੇ ਨਹੀਂ ਜੀਨਸ ਵੀਨਸ ਪਾ, ਪਾਨਾ ਤੇ ਹੈ ਹੀ ਹੈ, ਦੋ ਚਾਰ ਦਸ ਬਾਰਾਂ ਨਵੇਂ ਗਾਣੇ ਬਣਾ, ਵੀਡੀਓਜ਼ ਬਣਾ ਤੇ ਬਸ ਸਟੇਜ ਤੇ ਆ ਜਾ, ਇੱਧਰ ਜਾ, ਹੱਥ ਉੱਪਰ ਹੱਥ ਉੱਪਰ ਹੱਥ ਉੱਪਰ, ਤੇ ਇਹ ਕਰਦਾ ਰਹਿ। ਤੇ ਮੈਂ ਕਿਹਾ ਯਾਰ ਮੇਰੇ ਅੰਦਰ ਰੂਹ ਚ ਨਹੀਂ ਹੈ ਇਹ ਚੀਜ਼, ਮੈਨੂੰ ਤੂੰ ਸਟੇਜ ਤੇ ਵੀ ਬਿਠਾਏਗਾ, ਮੈਂ ਉੱਥੇ ਵੀ ਵਾਜੇ ਰੱਖੀ ਬੈਠ, ਹੈਂ, ਮੈਂ ਕਿਹਾ ਉੱਥੇ ਵੀ ਕੁਰਸੀ ਤੇ ਵਾਜਾ ਰੱਖ ਲਵਾਂਗਾ, ਇੱਕ ਟੇਬਲ ਤੇ ਮੈਂ ਬਹਿ ਜਾਵਾਂਗਾ। ਮੈਂ ਕਿਹਾ ਮੈਨੂੰ ਇਹ ਚੱਕਰ ਹੈ ਕਿ ਮਾਈਕ ਨਾ ਮੈਂ ਗਾ ਟਰਾਈ ਕੀਤਾ ਦੋ ਤਿੰਨ ਜਗ੍ਹਾ ਤੇ, ਉਹਨਾਂ ਨੇ ਕਿਹਾ ਅੱਛਾ ਤੇ ਗਾ ਰਿਹਾ, ਪਰ ਇੱਕ ਇੰਜ ਲੱਗੇ ਕਿ ਬੇਬਰਕਤੀ ਨਹੀਂ ਹੁੰਦੀ, ਮਾਈਕ ਲਿੱਤਾ ਤੇ ਮਾਈਕ ਨਾਲ ਗਾਣਾ ਗਾ ਰਿਹਾ। ਮੈਂ ਕਿਹਾ ਯਾਰ ਇਹ ਇੱਕ ਮੈਂ ਜਿਹੜਾ ਗਾਣਾ ਸਿੱਖਿਆ ਉਹ ਬਹਿ ਕੇ ਸੁਣਨ ਵਾਲਾ, ਦੌੜਨ ਵਾਲਾ ਨਹੀਂ ਹੈ। ਬਿਲਕੁਲ, ਦੌੜਦੇ ਤੁਸੀਂ ਇੱਧਰ ਜਾ ਰਹੇ ਹੋ, ਇਹ ਵੇ ਕਿ ਤੁਸੀਂ ਆਰਾਮ ਨਾਲ ਬਹਿ ਕੇ ਗਾਣਾ ਤੁਹਾਡੀ ਰੂਹ ਚ ਉਤਰੇ, ਤੁਹਾਨੂੰ ਸ਼ਾਇਰੀ ਦੇ ਅਗਰ ਤੁਸੀਂ ਕਲਾਮ ਸੁਣ ਰਹੇ ਹੋ ਤਾਂ ਤੁਹਾਨੂੰ ਉਹਦਾ ਮਕਸਦ ਪਤਾ ਚੱਲੇ, ਅਗਰ ਤੁਸੀਂ ਗਾਇਕੀ ਸੁਣ ਰਹੇ ਹੋ ਤਾਂ ਤੁਸੀਂ ਉਹਦਾ ਉਤਾਰ ਚੜਾਓ, ਤੁਸੀਂ ਵੇਖੋ ਕਿ ਯਾਰ ਕਿੰਨੀ ਮਿਹਨਤ ਕਿੱਡਾ ਅੱਛਾ। ਹੁਣ ਇਹ ਵੇ ਕਿ ਅੱਜ ਦੇ ਜ਼ਮਾਨੇ 'ਚ ਤਾਂ ਮੈਂ ਬਾ ਖੁਦਾ ਗਾਣਾ ਕਿਧਰੇ ਅਤੇ ਸਿੰਗਰ ਕਿਧਰੇ ਹੋਰ ਹੁੰਦਾ, ਮੈਂ ਆਪ ਵੀ ਵੇਖ ਰਿਹਾ ਉਹਨਾਂ ਟੀ ਵੀ 'ਚ ਦੇਖ ਕੇ, ਤਾਂ ਮੈਂ ਕਹਿੰਦਾ ਕਿ ਸ਼ਾਇਦ ਮੈਂ ਗਲਤ ਹਾਂ ਜਾਂ ਇਹ ਗਲਤ ਨੇ, ਔਰ ਓਨੀ ਉਹਨਾਂ ਦੀ ਪਜ਼ੀਰ ਆਈ, ਓਨੀ ਉਹਨਾਂ ਨੂੰ ਵਾਹ 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 ਜੀ ਵਾਹ, ਉਹਨਾਂ ਨੇ ਇੱਕ ਮਿਊਜ਼ਿਕ ਨੂੰ ਨਾ ਇੱਕ ਪ੍ਰੋਜੈਕਟ ਬਣਾਤਾ ਯਾਰ। ਉਸਮੇ ਅੱਛਾ ਪਹਿਲੇ ਕੌਂਸਲ 'ਚ ਤੁਸੀਂ ਚਲੇ ਜਾਓ ਤਾਂ ਕੁਰਸੀ ਹੀ ਨਹੀਂ ਹੁੰਦੀ ਬਹਿਣ ਦੀ, ਖਲੋਤੇ ਹੋਏ ਨੇ ਸਾਰੇ, ਖਲੋ ਕੇ ਸਰਦੀ 'ਚ, ਭਾਵੇਂ ਸਰਦੀ ਲੱਗ ਰਹੀ ਹੋ, ਸਰਦੀ ਵੀ ਲੱਗ ਰਹੀ ਤਾਂ ਗਾਣਾ ਵੀ ਸੁਣ ਰਹੇ ਤੇ ਟੇਬਲਾਂ ਤੇ ਖਲੋਤੇ। ਅੱਛਾ ਇਹ ਜਿਹੜਾ ਗਾਣਾ ਜੀ, ਇਹ ਤੁਹਾਨੂੰ ਤਮੀਜ਼ ਨਾਲ ਬਿਠਾ ਕੇ ਅਦਬ ਨਾਲ ਬਿਠਾ ਕੇ ਚਾਵਾਂ ਪੇਸ਼ ਕਰ ਰਹੇ ਨੇ, ਮਿਊਜ਼ਿਕ ਸੁਣ ਰਹੇ, ਇਹ ਠੀਕ ਹੈ ਜਾਂ ਉਹ ਠੀਕ ਹੈ? ਅੱਛਾ ਇੱਕ ਹੋਰ ਅੱਛੀ ਗੱਲ ਪਤਾ ਕੀ ਹੈ, ਜਿਹੜੇ ਕੌਂਸਲਟ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਸਟੇਜ ਤੇ ਸਿੰਗਰ ਗਾ ਹੀ ਨਹੀਂ ਰਿਹਾ। ਅੱਛਾ ਅੱਜ ਕੱਲ੍ਹ ਟੇਪ ਚੱਲੀ ਹੁੰਦੀ ਹੈ। ਜਿਹੜੇ ਹਰ ਇੱਕ ਜ਼ੋਨਰ ਨਾ ਇੱਕ ਅਲੱਗ ਹੈਗਾ, ਪੋਪ ਅਲੱਗ ਹੈ, ਰੌਕ ਅਲੱਗ ਹੈ, ਕਲਾਸੀਕਲ ਅਲੱਗ ਹੈ, ਸੈਮੀ ਕਲਾਸੀਕਲ ਅਲੱਗ ਹੈ, ਕਵਾਲੀਆਂ ਅਲੱਗ ਨੇ, ਅਤੇ ਇਹਨਾਂ ਸਾਰਿਆਂ ਦੀ ਨਾ ਇੱਕ ਜ਼ੋਨਰ ਹੈ, ਅਤੇ ਉਹ ਹਰ ਕਿਸਮ ਦੇ ਜ਼ੋਨ ਦਾ ਕੋਈ ਨਾ ਕੋਈ ਤੁਹਾਨੂੰ ਸੁਣਕਾਰ ਹੋਏਗਾ ਆਪਣੇ ਆਪਣੇ ਕਿਸਮ ਦਾ, ਅਤੇ ਉਹ ਪਤਾ ਕੀ ਜੇ ਜੀ ਸੋਨੀ ਜੀ ਤੁਹਾਡੀ ਗੱਲ ਵੱਡੀ ਹੋਏ, ਹਰ ਬੰਦਾ ਜੋਨਰ ਆਪਣਾ, ਉਹ ਆਪਣੇ ਜੋਨਰਾ ਚ ਮਿਊਜ਼ਿਕ ਆ। ਅੱਛਾ ਲੋਕਾਂ ਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਜੋਨਰਾ ਕੀ, ਇਹਦੇ ਕੋਲ ਸੁਣਨਾ ਕੀ? ਹਾਂ ਐਗਜ਼ੈਕਟਲੀ, ਉਹ ਕਨਫਿਊਜ਼ ਨੇ, ਉਹਨਾਂ ਨੂੰ ਲੱਗਦਾ ਬਸ ਇਹ ਵੀ ਬਸ ਸਾਨੂੰ ਨਚਾ ਦੇਵੇ, ਟਪਾ ਦੇਵੇ, ਅਸੀਂ ਟਿਕਟ ਦੇ ਪੈਸੇ ਲਾਏ ਆ ਤੇ ਅਸੀਂ ਇਹ ਚ ਅਸੀਂ ਨੱਚਣਾ ਹੈ। ਲੇਕਿਨ ਕਰਮ ਜੀ, ਮੈਂ ਕਈ ਸਿੰਗਰ ਐਸੇ ਦੇਖੇ ਨੇ ਜਿਹੜੇ ਸਟੇਜ ਤੇ ਗਾਉਂਦੇ ਨੇ, ਸੋਨੂ ਨਿਗਮ, ਅਰੀਜੀਤ ਸਿੰਘ, ਆਤਿਫ ਅਸਲਮ, ਏਆਰ ਰਹਿਮਾਨ ਸਾਹਿਬ ਦੀ ਟੀਮ, ਐਸੇ ਐਸੇ ਸਿੰਗਰ ਨੇ ਕਿ ਜਦੋਂ ਉਹ ਗਾਉਂਦੇ ਨੇ ਨਾ, ਫਿਰ ਉਹ ਗਾਉਂਦੇ ਨੇ ਸਟੇਜ ਦੇ ਉੱਪਰ। ਸਰ ਮੈਂ ਇਹਨਾਂ ਦੀ ਤਾਰੀਫ ਹੀ ਕੀਤੀ ਹੈ, ਤੁਸੀਂ ਇਹਨਾਂ ਦੇ ਮੈਂ ਕਿਹਾ ਮੈਨੂੰ ਪਸੰਦ ਨੇ। ਅੱਛਾ ਇਹ ਵੇ ਕਿ ਅਗਰ ਇਹ ਸਾਰੇ ਲੋਕ ਜਿਹੜੇ ਨੇ, ਇਹਨਾਂ ਨੂੰ ਅੱਛੇ ਮਿਊਜ਼ਿਕ ਡਾਇਰੈਕਟਰ ਵੀ ਮਿਲੇ ਨੇ, ਅਗਰ ਉਹ ਮਿਊਜ਼ਿਕ ਡਾਇਰੈਕਟਰ ਅਗਰ ਮੈਨੂੰ ਵੀ ਹਿੰਦੁਸਤਾਨ ਦੇ ਮਿਲ ਜਾਣ ਜਾਂ ਪਾਕਿਸਤਾਨ ਦੇ ਮਿਲ ਜਾਣ ਜਾਂ ਅਮਰੀਕਾ ਦੇ ਮਿਲ ਜਾਣ ਜਾਂ ਯੂਕੇ ਦੇ ਮਿਲ ਜਾਣ, ਤਾਂ ਮੈਂ ਵੀ ਤੁਹਾਨੂੰ ਤੁਸੀਂ ਵੇਖੋਗੇ ਕਿ ਕਰਮ ਸਾਹਿਬ ਤੂੰ ਯਾਰ ਅਸੀਂ ਇਹਨਾਂ ਦਾ ਆਪਣੇ ਚੈਨਲ 'ਤੇ ਕਿਆ ਜ਼ਬਰਦਸਤ ਗਾ ਰਿਹਾ। ਅਸਲ 'ਚ ਉਹਦਾ ਜ਼ਿਹਨ ਮਿਊਜ਼ਿਕ ਡਾਇਰੈਕਟਰ ਦਾ, ਉਸ ਅਰੇਂਜਰ ਦਾ ਜਿਹੜਾ ਉਹਨੂੰ ਗਵਾ ਰਿਹਾ ਕਿ ਤੂੰ ਇਸ ਤਰ੍ਹਾਂ। ਅਸਲ 'ਚ ਟੀਮ ਜਦੋਂ ਗੇਮ ਕ੍ਰਿਕਟ ਖੇਡਦੀ ਹੈ ਤੇ ਉਹਦੇ ਪਿੱਛੇ ਮਿਹਨਤ ਕੋਚ ਦੀ ਵੀ ਹੁੰਦੀ ਹੈ ਕਿ ਉਹਨੂੰ ਪਤਾ ਹੁੰਦਾ ਕਿ ਇਹ ਸ਼ਾਰਟ ਕਿੱਥੇ ਕੈਚ ਕਰਦਾ, ਉਹਨੂੰ ਕਹਿੰਦਾ ਇੱਥੇ ਨਾ ਗਲਤ ਖੇਡੀ ਸ਼ਾਰਟ, ਇੱਥੇ ਨਾ ਤੁਕਲਾ, ਇੱਥੇ ਰਹਿ, ਉਹਦੀ ਉਹਦੇ 'ਤੇ ਮਿਹਨਤ ਕੀਤੀ ਜਾਂਦੀ। ਅੱਛਾ ਇੱਥੇ ਸਾਡੇ ਕਿ ਜੋ ਜੋਨਰਾ ਜਿਹਦਾ ਹੈ ਵੇ ਉਹਨੂੰ ਦਿੱਤਾ ਹੀ ਨਹੀਂ ਜਾਂਦਾ। ਹੁਣ ਸਿੰਗਰਾਂ ਦਾ ਫਰਕ ਵੀ ਬਹੁਤ ਘੱਟ ਲੋਕਾਂ ਨੂੰ ਰਿਹਾ, ਉਹ ਜਿਹੜੇ ਮਦਨ ਮੋਹਨ ਸਾਹਿਬ ਸਨ ਉਹ ਜਾਂ ਸਾਡੇ ਇੱਥੇ ਖੁਰਸ਼ੀਦ ਅਮਰ ਸਾਹਿਬ ਜਾਂ ਰਸ਼ੀਦ ਅਤਰੇ, ਉਹ ਗਾਣਾ ਬਣਾਉਣ ਤੋਂ ਪਹਿਲੇ ਸੋਚਦੇ ਸਨ ਗਾਣਾ ਗਾਏਗਾ ਕੌਣ,
ਫਿਰ ਉਹਨੂੰ ਕਹਿੰਦੇ ਨੇ ਤੇਰੇ ਵਾਸਤੇ ਹੀ ਬਣੇ ਆ, ਤੂੰ ਹੀ ਗਾਣਾ। ਉਹ ਜਦੋਂ ਗਾਉਂਦੇ ਸਨ ਸੁਪਰ ਸੁਪਰ ਹਿੱਟ, ਨਾ ਉਦੋਂ ਮੀਡੀਆ ਸੀ, ਨਾ ਉਦੋਂ ਕੋਈ ਤੁਹਾਡੇ ਇੰਟਰਨੈਟ ਸੀ, ਕੁਝ ਨਹੀਂ ਸੀ। ਸਿਨੇਮਾ ਫਿਲਮ ਦੇਖਣ ਜਾਂਦੇ ਸਨ, ਫਿਲਮ ਹਿੱਟ ਹੋ ਜਾਂਦੀ ਸੀ। ਬਿਲਕੁਲ, ਕਿਉਂਕਿ ਸਹੀ ਪੂਰੀ ਟੀਮ, ਸ਼ਾਇਰ ਅਲੈਦਾ ਸੀ, ਮਿਊਜ਼ਿਕ ਡਾਇਰੈਕਟਰ ਅਲੈਦਾ ਸੀ, ਸਿੰਗਰ ਅਲੈਦਾ ਸੀ, ਔਰ ਮਿਊਜ਼ਿਕ ਅਰੇਂਜ ਅਲੈਦਾ ਸੀ। ਹੁਣ ਸਾਰਾ ਕੰਮ ਇੱਕ ਬੰਦਾ ਕਰ ਰਿਹਾ, ਉਹਦੇ ਬਾਅਦ ਇੱਕ ਬੰਦੇ ਨੂੰ ਕਹਿ ਰਹੇ ਨੇ ਕਿ ਯਾਰ ਆਪ ਇਹ ਚੀਜ਼ ਸਾਰੀ ਕਰਕੇ ਦਿਖਾ ਦਿਉ। ਉਹ ਕਹਿੰਦਾ ਹੈ ਮੈਂ ਗੁਲਾਮ ਅਲੀ ਸਾਹਿਬ ਨੂੰ ਅਗਰ ਤੁਸੀਂ ਮਾਈਕ ਦੇ ਦਿਉ ਔਰ ਕਹੋ ਕਿ ਤੁਸੀਂ ਸਟੇਜ 'ਤੇ ਗਜ਼ਲਾਂ ਗਾਓ ਜਾਂ ਤੁਸੀਂ ਜਿਹੜੇ ਹਿੰਦੁਸਤਾਨ ਦੇ ਅੱਛੇ ਅੱਛੇ ਜਾਂ ਪਾਕਿਸਤਾਨ ਦੇ, ਤਾਂ ਕਹਿਣਗੇ ਨਹੀਂ ਹਮ ਇਹ ਕਰ ਹੀ ਨਹੀਂ ਸਕਦੇ, ਹਮੇ ਹਮਾਰੀ ਆਡੀਅੰਸ ਹੀ ਦੂਸਰੀ। ਹੁਣ ਇਹ ਵੇਖ ਕੇ ਅੱਛਾ ਮਿਊਜ਼ਿਕ ਸੁਣਨ ਲਈ ਫਿਰ ਤੁਸੀਂ ਅੱਛੇ ਸਿੰਗਰਾਂ ਨੂੰ ਸਾਹਮਣੇ ਲਿਆਓ। ਉਹ ਮਿਊਜ਼ਿਕ ਡਾਇਰੈਕਟਰਾਂ ਨੂੰ ਵੀ ਚਾਹੀਦਾ, ਆਡੀਅੰਸ ਨੂੰ ਵੀ ਚਾਹੀਦਾ ਕਿ ਅੱਛਾ ਸੁਣਨ, ਅੱਛੇ ਲੋਕਾਂ ਨੂੰ ਇਨਵਾਈਟ ਕਰਨ ਕਿ ਤੁਸੀਂ ਆਓ। ਇਹ ਨਹੀਂ ਹੁੰਦਾ ਕਿ ਹਰ ਬੰਦਾ ਜਿਹੜਾ ਚਾਰ ਗਾਣੇ ਗਾ ਰਿਹਾ, ਛੇ ਗਾਣੇ ਗਾ ਰਿਹਾ, ਸਿੰਗਰ ਹੋ ਗਏ। ਸਿੰਗਰ 'ਤੇ ਆਵੇ ਕਿ ਮੈਂ ਤੁਹਾਨੂੰ ਜਿਹੜਾ ਮੋਨੀ ਜੀ ਜਾਂ ਗਿੱਲ ਸਾਹਿਬ ਜਿਹੜਾ ਮੈਂ ਤੁਹਾਨੂੰ ਪੇਸ਼ ਕਰ ਰਿਹਾ, ਮੈਨੂੰ ਹਰ ਗਾਣੇ ਦਾ ਰਾਗ ਵੀ ਪਤਾ ਹੈ, ਮੈਨੂੰ ਪਤਾ ਵੀ ਕਿ ਮੈਂ ਕਿਸ ਰਾਗ 'ਚ ਕਿਹੜਾ ਗਾਣਾ ਤੁਹਾਨੂੰ ਸੁਣਾਇਆ। ਉਮੀਦ ਹੈ ਕਿ ਬੰਦਿਸ਼ ਤੁਹਾਨੂੰ ਪਸੰਦ ਆਵੇ ਜੀ। ਹੁਣ ਮੈਂ ਤੁਹਾਨੂੰ ਬਗੈਰ, ਮੇਰਾ ਹਾਰਮੋਨੀਅਮ ਦੇ ਕੋਈ ਤਾਰਾਂ ਵਾਰਾਂ ਹਿੱਲ ਗਈਆਂ ਨੇ, ਮੈਂ ਬਗੈਰ ਉਹਦੇ ਤੁਹਾਡੇ ਸੁਣਾ ਦੇਣਾ ਜੀ। ਹਾਰਮੋਨੀਅਮ ਤੋਂ ਬਗੈਰ ਇੱਕ ਬੰਦਿਸ਼ ਹੈ ਜਿਹੜੀ ਬੜੀ ਸਾਡੇ ਘਰਾਣੇ ਦੀ ਖਾਸ ਹੈ, ਮੈਂ ਤੁਹਾਨੂੰ ਵਾਲੇ ਸਾਹਿਬ ਕੋਲੋਂ ਯਾਦ ਕੀਤੀ ਸੀ, ਆਪਣੇ ਘਰਾਣੇ ਦੀ ਚੀਜ਼ਾਂ ਮੈਂ ਪੇਸ਼ ਕਰ ਰਿਹਾ ਜੀ। ਬਾਹੂ ਰੁੱਤੇ ਗਵਨ ਨਾ ਕੀਜੇ, ਗਵਨ ਨਾ ਕੀਜੇ ਮੇਰੇ ਬਲਾ ਬਣ ਗਏ ਮੇ ਤੋਂ ਬਾਹੂ ਰੁੱਤੇ ਗਵਨ ਨਾ ਕੀਜੇ ਬਾਹੋ ਉਡਿਓ ਰੇ ਕਾ ਗਵਾ ਲੈ ਜਾਇਓ ਰੇ ਸੰਦੇਸਵਾ, ਉਡਿਓ ਰੇ ਕਾ ਗਵਾ ਉਡਿਓ ਰੇ ਕਾ ਗਵਾ ਲੈ ਜਾਇਓ ਰੇ ਸੰਦੇਸਵਾ, ਮੇਰਾ ਤੁਮ ਬਿਨ ਜੀ ਰਾਉਂਦਾ ਹੈ, ਬਾਹੂ ਰੁੱਤੇ ਗਵਨ ਨਾ ਕੀਜੇ ਬੇਗਟ ਕੁੰਡਲ ਨੈਨ ਕਾ ਫੁੱਲ ਬੈਰਗ, ਬੇਗਟ ਕੁੰਡਲ ਨੈਨ ਕਾ ਫੁੱਲ ਬੈਰਗ, ਚਾਂਦ ਚਮਕ ਚੰਪਾ ਬੇਰੇ, ਚਾਂਦ ਚਮਕ ਚੰਪਾ ਬੇਰੇ, ਅਤਰ ਸੁੰਦਰ ਨੈਣ ਸੁੰਦਰ ਨੈਣ, ਬਿਗੜ ਕੁੰਡਲ ਨੈਣ ਕਾ ਫੁੱਲ
भैराग चांद चमक चंपा बेरे अतर सुंदर नैन सुंदर नैन बिगड़े कुंडल ने काबूल भैराग बिगड़े कुंडल नैन काबूल भैराग जी जनाब वाह बहुत वधिया शुक्रिया तोड़ा इन्ना अपने टाइम च सानू टाइम देना और साडे ऑडियंस लिए इन्ना कुछ करना ते असी तोड़े आने वाले जिन्ने प्रोजेक्ट्स ने उन्हां लई तुहानू गुड लक कहांगे और तुसी वन ऑफ ए वर्सटाइल आर्टिस्ट हो ब्यूटीफुल वॉइस वॉइस टेक्सचर बेस हीरो वाली आवाज है मैं यही कहांगी कि जेडे भी सानू सुन रहे ने अगर तुसी प्लीज़ कोशिश करो कि सुधार लेके आओ अपने म्यूजिक दे विच ते प्लीज़ डू कंसीडर गुड सिंगर्स और ट्राई करो देखो अगर नहीं अच्छा लगेगा तो देन अच्छे अच्छे उस्तादा तो तालीम लो अच्छे करानियां तो सीखो यू नो ये बहुत जरूरी है बिल्कुल सही ते सर माई टीवी हमेशा तुहाडे लई हैगा जदों तुहानू लोड़ पेगी माई टीवी इज़ देयर बहुत बहुत शुक्रिया और तमाम दोस्तों का भी बहुत बहुत शुक्रिया जिन्होंने शोज वेखिया और मैं उन्होंने इदारों का भी बहुत शुक्रिया कि मैं इस वाले जिथे भी खलोता एद मैं अल्लाह पाक ने बड़ी इज्जत दी है निगार फिल्म अवार्ड मैं मिल चुके हैं और अलावा वे वे नाम अवार्ड्स जे मेरे हिस्से आए हैं और मैं उन्होंने तमाम लोगों का बहुत शुक्रिया जिन्होंने अज का प्रोग्राम पसंद किया खास तौर पर मोनी गिल साहबा का और गिल साहब का बहुत बहुत शुक्रिया माई टी वी का मन बहुत अच्छा लगा मैं लगा कि जी मैं फैमिली बैठा हाँ और टाइम का भी नहीं पता चलिया और बहुत सारी अच्छी अच्छी चीज़ा अच्छी अच्छी गल्ला भी हो गई सर यही दुआ है दिल तो कि घराने जड़े इन्ने टाइम तो चलते आ रहे हैं सत्तवीं अठवीं जनरेशन तो तुम बिलोंग करते हो साडे लिए भी प्राउड मूमेंट होंगी और असं दिलों दुआ करांगे कि इस तरह ही गाते रहो और जो भी कोई नवा प्रोजेक्ट आए फील फ्री माई टी वी हाजिर है थोड़े वास्ते और नवे कोई प्रोजेक्ट देखने मिलने वो होर भी खुशी होएगी और अगेन तहे दिल तो मेरे वालों कुलदीप वालों माई टी वी वालों थैंक यू जी सत श्री अकाल बहुत शुक्रिया बहुत शुक्रिया जी थैंक यू सो मच और लो जी वक्त हो गया अलविदा लैन दा दिल नहीं करदा पर की करिए उसामा अली जी लिख रहे ने सलाम हेलो सलाम सत श्री अकाल मोनी जी एंड कुलदीप जी नाल दिल भेज रहे ने ते बहुत ही वधिया हर वीक दो बारी कुछ ऐसा संगीत सुनन नूं मिलदा है संगीत तो संगीत है लेकिन डिफरेंट तरीके नाल जदों सुनीदा तो बहुत ही अच्छा लगता तो हुण जिहड़े साडे अगले फनकार आ रहे हैं और अगर पहले तो मैं सब नूं थैंक यू कह दवां और कहां कि अगर साडे पेज से नवे हो तो प्लीज़ लाइक आर पेज फेसबुक पेज और यूट्यूब नूं प्यार दो कमेंट्स करो लिखो यार तुहानूं की पसंद है की नहीं पसंद वह भी लिखो तो कि जिहड़ा आर्टिस्ट उहनूं समझ आ जाए कि मैं की गाना चाहना मैं की गावां और की ना गावां या तुसीं कुछ सजेशन दे सकते हो डू राइट समथिंग और हुण जिहड़े नैक्सट सानू जिहड़े ज्वाइन कर रहे हैं जी ये हुण असीं लैके आ रहे हैं थोड़ा तुहानूं डिफरेंट जर्नी च लैके जा रहे हैं बॉलीवुड दे बहुत ही अच्छे म्यूजिशियन ने और इंस्ट्रूमेंट मैं इन्हां दी फैन हाँ इन्हां दे इंस्ट्रूमेंट्स की हालांकि ये गायक भी ने सूफी सिंगर ने लेकिन जो इन्हां दा हथ गाउंदा ना तो मैनूं लगदा कि इस तो अमेजिंग मैं सुर बहुत घट सुने ने जो ये बजांदे इन्हां दे गिटार और रबाब बहुत ही कमाल सो चिंटू सिंह जी सो चिंटू सिंह जी नूं असीं वेलकम करांगे इन्होंने बहुत बहुत सारे म्यूजिक फिल्म इंडस्ट्री दे बॉलीवुड दे उन्हां च अपना संगीत पेश किया अपनी गिटार सितार इंस्ट्रूमेंट ने जिहड़े उन्हां नूं सुनाया और पिछे जे इन्होंने वॉइस ऑफ इंडिया नहीं सॉरी इंडियन आइडल यस इंडियन आइडल दे विच ए लाइव भी आए ने और ਉਹਨਾਂ ਦੇ ਨਾਲ ਸਿੰਗਰਸ ਦੇ ਨਾਲ ਉਹਨਾਂ ਨੂੰ ਸਾਥ ਦਿੱਤਾ ਮੋਰ ਦੈਨ ਦੈਟ ਇਹਨਾਂ ਨੇ ਬਹੁਤ ਅੱਛੇ ਅੱਛੇ ਗਜ਼ਲ ਸਿੰਗਰ ਜਿਵੇਂ ਜਗਜੀਤ ਸਿੰਘ ਸਾਹਿਬ ਜਾਂ ਦੂਜੇ ਵੱਡੇ ਆਰਟਿਸਟ ਨੇ ਉਹਨਾਂ ਦੇ ਫਾਦਰ ਵੀ ਆਰਟਿਸਟ ਨੇ ਤੁਸੀਂ ਦੱਸ ਰਹੇ ਸੀ ਵਜਾਏ ਬਹੁਤ ਵਜਾਇਆ ਔਰ ਬਹੁਤ ਐਕਸਲੈਂਟ ਵਜਾਇਆ ਸੋ ਅਗਲਾ ਪ੍ਰੋਗਰਾਮ ਵੀ ਸਾਡਾ ਬੜਾ ਐਕਸਾਈਟਿੰਗ ਹੋਏਗਾ ਸੋ ਫੈਬਰੀ 4th ਨੂੰ ਆ ਰਹੇ ਨੇ ਇਹ ਇੰਡੀਆ ਟਾਈਮ 9:30 PM USA ਟਾਈਮ 11 ਔਰ ਪਾਕਿਸਤਾਨ ਟਾਈਮ 9 PM ਲੁਕਿੰਗ ਫਾਰਵਰਡ ਕਿਉਂਕਿ ਇਸ ਤਰ੍ਹਾਂ ਦਾ ਵੀ ਮਿਊਜ਼ਿਕ ਸੁਣਨ ਦਾ ਜਿਹੜੀ ਰੂਹਦਾਰੀ ਵਾਲੀ ਚੀਜ਼ਾਂ ਸੁਣਨ ਨੂੰ ਮਜ਼ਾ ਆਉਂਦਾ ਕਿ ਇੱਕ ਗਾਣਾ ਕੀ ਹੈ ਗਾਣੇ ਦੇ ਵਿੱਚ ਜਦੋਂ ਤੱਕ ਮਿਊਜ਼ਿਕ ਨਹੀਂ ਹੋਏਗਾ ਨਾ ਉਹ ਇਨਹੈਂਸ ਨਹੀਂ ਹੁੰਦਾ
ਉਹ ਮਜ਼ਾ ਨਹੀਂ ਆਉਂਦਾ ਸੋ ਇਹ ਮਿਊਜ਼ਿਕ ਦਾ ਬਹੁਤ ਵੱਡਾ ਹੱਥ ਹੈ ਇੱਕ ਅੱਛੇ ਸੌਂਗ ਨੂੰ ਅੱਛਾ ਬਣਾਉਣ ਵਾਸਤੇ ਹੋਰ ਅੱਛਾ ਬਣਾਉਣ ਵਾਸਤੇ ਅਤੇ ਔਰ ਸੋ ਬਾਕੀ ਸੰਗੀਤ ਦੀ ਜਰਨੀ ਅਗਲੇ ਐਪੀਸੋਡ 'ਚ ਅਸੀਂ ਅੱਗੇ ਲੈ ਕੇ ਚੱਲਾਂਗੇ ਇਸੇ ਨੋਟ 'ਤੇ ਅਸੀਂ ਤੁਹਾਡੇ ਤੋਂ ਅਲਵਿਦਾ ਲੈਂਦੇ ਹਾਂ ਔਰ ਜਾਤੇ ਜਾਤੇ ਕਿਆ ਕਰਨਾ ਹੈ ਮਿਸਟਰ ਗਿੱਲ ਚਿਲ ਤਾਂ ਕਰਨਾ ਹੀ ਹੈ ਐਡਵਰਟਾਈਜ਼ਮੈਂਟ ਕਰਨਾ ਬਾਹਰ ਜਾ ਕੇ ਸਾਡੇ ਨਾਲ ਚਿਲ ਕਰਦੇ ਰਹੋ ਡਰਾਈਵੇ ਸਾਫ਼ ਕਰਨਾ ਮੈਂ ਜੀ ਅੱਜ ਬੜੀ ਸਨੋ ਪਈ ਹੈ ਅਤੇ ਅੱਜ ਸਾਡੇ ਐਲਬੋ ਗਰੀਸ ਲੱਗੇਗੀ ਥੋੜ੍ਹੀ ਜਿਹੀ ਉਹਨੂੰ ਸਫਾਈ ਕਰਨ 'ਚ ਅਤੇ ਸਾਨੂੰ ਆਪਣੇ ਪਿਆਰ ਦਿੰਦੇ ਰਹੋ ਸ਼ੇਅਰ ਕਰਦੇ ਰਹੋ ਔਰ ਕੋਈ ਕਮੈਂਟਸ ਲਿਖਣਾ ਤਾਂ ਉਹ ਵੀ ਲਿਖੋ ਔਰ ਅਗਰ ਤੁਸੀਂ ਐਡਵਰਟਾਈਜ਼ ਕਰਨੀ ਹੈ ਸਾਡੇ 'ਤੇ ਡੈਫੀਨੇਟਲੀ ਡੂ ਕੰਸੀਡਰ ਔਰ ਮੋਨੀ ਗਿੱਲ ਵਾਲਾ ਸਤਿ ਸ਼੍ਰੀ ਅਕਾਲ ਰੱਬ ਰੱਖਾ ਟਾਈਮ ਹੋ ਗਿਆ ਹੈ ਇੱਕ ਛੋਟੀ ਸੀ ਐਡਵਰਟਾਈਜ਼ਿੰਗ ਪੂਰੀ ਐਡਵਰਟਾਈਜ਼ਮੈਂਟ ਸੋ ਸਾਡੇ ਵੱਲੋਂ ਅਲਵਿਦਾ ਸਤਿ ਸ਼੍ਰੀ ਅਕਾਲ ਮਿਲਦੇ ਆ ਫੈਬਰੀ 4 ਨੂੰ ਚਿੰਟੂ ਸਿੰਘ ਜੀ ਦੇ ਨਾਲ ਸੋ ਲਓ ਜੀ ਅਲਵਿਦਾ ਸਤਿ ਸ਼੍ਰੀ ਅਕਾਲ Ram Ji Astrologer, everything begins with faith. We walk by faith, not by sight. Ram Ji is in the USA. Virginia offers reliable and practical astrology solutions to all of life's problems. Confidentiality promise. Hi, my name is Kuldeep Gill. I'm broker of Sky Realty. The reason we are so successful because clients trust us. I've been doing this my whole life. My team is my wife, my office manager, and my agents. We look forward to earn your business and we do speak your language. Thank you.